social media 4 billion mobile phones ਜਾਂ ਬੱਚਿਆਂ ਤੇ ਕੀ ਅਸਰ ਪੈਂਦਾ ਪਿਛਲੇ ਹਫਤੇ ਇੱਕ ਰਿਸਰਚ ਸਟੱਡੀ ਆਈ ਪਰ ਇਹ ਵੀ ਸੱਚ ਆ ਇੱਕ ਸਮਾਂ ਹੁੰਦਾ ਸੀ ਵੀ ਲੋਕੀ ਗਵਾਂਢੀ ਆਉਂਦੀਆਂ ਗਵਾਂਢੀ ਨਾਲ ਗੱਲਬਾਤ ਕਰਦੇ ਸੀਗੇ ਇੱਕ ਦੂਜੇ ਨੂੰ ਮਿਲਦੇ ਸੀ ਇੱਕ ਦੂਜੇ ਦੇ ਘਰਾਂ 'ਚ ਰਹਿੰਦੇ ਸੀਗੇ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਜਸਮਨਜੀਤ ਕੌਰ ਮਾਈ ਨੇਮ ਇਜ਼ ਗੁਰਨਾਮ ਸਿੰਘ ਵੈਲਕਮ ਟੂ ਦ ਵਨ ਸ਼ੋਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਇੱਕ ਨਿੱਘਾ ਸਵਾਗਤ ਹੈ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਦੁਨੀਆ ਭਰ ਦੇ ਵਿੱਚ ਅੱਜ ਦਾ ਜਿਹੜਾ ਵਨ ਸ਼ੋਅ ਇੱਕ ਅਸੀਂ ਵਿਸ਼ੇਸ਼ ਬਹੁਤ ਇੰਪੋਰਟੈਂਟ ਟੋਪਿਕ ਹੈ ਜਿਹੜਾ ਕਿ ਮੈਂ ਕਹਿੰਦਾ ਮਨਜੀਤ ਸਾਰੇ ਜਨਰੇਸ਼ਨਸ ਨੂੰ ਇਹ ਇਫੈਕਟ ਹੁੰਦਾ ਪਰਿਵਾਰਕ ਢਾਂਚੇ ਨੂੰ ਸਮਾਜਿਕ ਢਾਂਚੇ ਨੂੰ ਵੀ ਬਹੁਤ ਚੈਲੇਂਜ ਹੈਗੀ ਆ ਉਹ ਸਾਡਾ ਟੋਪਿਕ ਅੱਜ ਹੈਗਾ ਸੋਸ਼ਲ ਮੀਡੀਆ ਜੇ ਆਪਾਂ ਰਿਸਰਚ ਦੇਖੀਏ ਅੰਦਾਜ਼ਾ ਕਰੀਏ ਇਸ ਟਾਈਮ 'ਤੇ ਦੁਨੀਆ ਦੀ ਜਿਹੜੀ ਪੋਪੂਲੇਸ਼ਨ ਹੈਗੀ ਆ ਉਹ 8 billion ਆ ਔਰ ਮੈਂ ਪਿੱਛੇ ਰਿਸਰਚ ਪੜ੍ਹੀ ਕਹਿੰਦੇ 4 billion ਮੋਬਾਈਲ ਫੋਨਸ ਯਾਨੀ ਕਿ ਮੈਜੋਰਟੀ ਆਫ ਦਾ ਵਰਲਡ ਪੋਪੂਲੇਸ਼ਨ ਕੋਲ ਮੋਬਾਈਲ ਫੋਨ ਉਹ ਪੁਰਾਣੇ ਜ਼ਮਾਨੇ ਵਾਲੇ ਨਹੀਂ ਹੈਗੇ ਇਹਨੂੰ ਸਮਾਰਟ ਫੋਨਸ ਹੈਗੇ ਆ ਤਾਂ ਤੁਸੀਂ ਕਹਿ ਸਕਦੇ ਸਮਾਰਟ ਫੋਨ ਦੇ ਵਿੱਚ ਹੀ ਸਭ ਕੁਛ ਟੈਲੀਵਿਜ਼ਨ ਵਿੱਚ ਹੀ ਬੜ ਗਿਆ ਫੋਨ ਤਾਂ ਬੜ ਗਿਆ ਵੀਡੀਓ ਕੈਮਰਾ ਵੀ ਵਿੱਚ ਹੀ ਆ ਅਤੇ ਕੰਪਿਊਟਰ ਵੀ ਵਿੱਚ ਹੀ ਆ ਸਭ ਕੁਛ ਹੀ ਉਸ ਹੈਂਡ ਹੈਲਡ ਡਿਵਾਈਸ ਦੇ ਵਿੱਚ ਆ ਗਿਆ ਉਹ ਇੰਨੀ ਸ਼ਕਤੀ ਕਿਹਾ ਜਾਂਦਾ ਵੀ ਅੱਜ ਦਾ ਆਮ ਜਿਹੜਾ ਆਈਫੋਨ ਆ ਨਾ ਉਹਦੀ ਇੰਨੀ ਪ੍ਰੋਸੈਸਿੰਗ ਪਾਵਰ ਆ ਵੀ ਜਿਹੜਾ ਪਹਿਲਾਂ ਨਾ ਜਿਹੜੇ ਜਾਂਦੇ ਸੀਗੇ ਸਪੇਸ ਰੋਕਿਟਸ ਜਿੱਦਾਂ ਮੂਨ ਨੂੰ ਗਏ ਸੀਗੇ ਉਹਨਾਂ ਨਾਲੋਂ ਜ਼ਿਆਦਾ ਇੱਕ ਆਈਫੋਨ ਦੇ ਵਿੱਚ ਕੰਪਿਊਟਿੰਗ ਪਾਵਰ ਹੈਗੀ ਔਰ ਇਹ ਅਜੇ ਤਾਂ ਹੁਣ ਕਿਉਂਕਿ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਆ ਗਈ ਆ ਜਿਸ ਤਰ੍ਹਾਂ ਆਪਾਂ ਘਰ ਵੀ ਹੁੰਦੇ ਸਾਡੇ ਡਿਵਾਈਸ ਸਾਡੇ ਮੇਰੇ ਕੋਲ ਘਰ ਹੈਗਾ ਆ ਗੂਗਲ ਅਤੇ ਉਹ ਮੈਂ ਗੂਗਲ ਨੂੰ ਟਾਈਮ ਪੁੱਛਣਾ ਤਾਂ ਗੂਗਲ ਟਾਈਮ ਦੱਸ ਦਿੰਦਾ ਅਤੇ ਉੱਦਾਂ ਵੈਸੇ ਮੈਂ ਇਹ ਨਹੀਂ ਪੁੱਛਿਆ ਵੀ ਗੂਗਲ ਨੂੰ ਭੁੱਖ ਲੱਗੀ ਤਾਂ ਮੈਨੂੰ ਰੋਟੀ ਬਣਾ ਦੇ ਉਹ ਅਜੇ ਤੱਕ ਨਹੀਂ ਗੱਲ ਪਹੁੰਚੀ ਪਰ ਚਲੋ ਉਹ ਵੀ ਹੋ ਜਾਊਗੀ ਜਦੋਂ ਦੋਸਤੀ ਆ ਤੁਹਾਡਾ ਬਣ ਗਿਆ ਕਿ ਰੋਬੋਟਸ ਹੋ ਜਾਣਗੇ ਸਮਾਰਟ ਰੋਬੋਟ ਹੋ ਜਾਣਗੇ ਸੋ ਇਹ ਬਿਲਕੁਲ ਸੱਚ ਆ ਵੀ ਜਿਹੜੀ ਟੈਕਨੋਲੋਜੀ ਆ ਮਨਜੀਤ ਉਹਦੇ ਨਾਲ ਸਾਨੂੰ ਬਹੁਤ ਸਹੂਲਤਾਂ ਮਿਲੀਆਂ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਕਰ ਸਕਦੇ ਜਿੱਦਾਂ ਮੈਨੂੰ ਚੇਤਾ ਸੀ ਜਦੋਂ ਬਚਪਨ 'ਚ ਤੱਕ ਘਰ 'ਚ ਚਲੋ ਉਦੋਂ ਵੀ ਵਾਸ਼ਿੰਗ ਮਸ਼ੀਨਾਂ ਆ ਗਈਆਂ ਸੀਗੀਆਂ ਪਰ ਫਿਰ ਵੀ ਬਹੁਤਾ ਹੱਥਾਂ ਦੇ ਨਾਲ ਹੀ ਕੰਮ ਕਰਨਾ ਪੈਂਦਾ ਸੀ ਸਾਡੀ ਬੀਬੀ ਨੇ ਔਰ ਨਹੀਂ ਮੈਨੂੰ ਚੇਤਾ ਮੇਰੀ ਮਦਰ ਵੀ ਅਤੇ ਮੰਮੀ ਹੁਣਾਂ ਦੀ ਜਿੱਦਾਂ ਮੈਂ ਦੋਨਾਂ ਮਾਮਾ ਦੀ ਮੈਂ ਗੱਲਾਂ ਕਰਦੀ ਹਾਂ ਵੀ ਹੱਥਾਂ ਨੂੰ ਉਸ ਟਾਈਮ ਨੇ ਹੱਥਾਂ ਨਾਲ ਕੱਪੜੇ ਚਾਦਰਾਂ ਧੋਂਦੇ ਹੁੰਦੇ ਸੀ ਮੈਨੂੰ ਚੇਤਾ ਸਿੰਕ ਵਿੱਚ ਹਾਂਜੀ ਔਰ ਹੁਣ ਜਿੱਦਾਂ ਭਾਂਡੇ ਧੋਣੇ ਹੁਣ ਅੱਜ ਕੱਲ੍ਹ ਡਿਸ਼ਵਾਸ਼ਰ ਹੈਗੇ ਆ ਬਿਲਕੁਲ ਜੀ ਉਦੋਂ ਵੀ ਹੱਥਾਂ ਨਾਲ ਭਾਂਡੇ ਧੋਂਦੇ ਹਾਂਜੀ ਸੋ ਟੈਕਨੋਲੋਜੀ ਬਹੁਤ ਵੱਧ ਗਈ ਤਾਂ ਮੈਨੂੰ ਇਹ ਵੀ ਚੇਤਾ ਵੀ ਜਦੋਂ ਅਸੀਂ ਪਹਿਲਾਂ ਪਹਿਲੀਆਂ 'ਚ ਚਲੋ ਮੈਂ ਤਾਂ 2 ਸਾਲ ਦਾ ਸੀਗਾ ਜੇ ਉੱਥੇ ਆਏ ਸੀਗੇ ਅਤੇ ਉਸ ਦਿਨਾਂ 'ਚ ਕੋਈ ਟੈਲੀਫੋਨ ਵੀ ਕਿਸੇ ਕੋਲ ਹੁੰਦਾ ਨਹੀਂ ਸੜਕ ਦੇ ਉੱਪਰ ਕਿਸੇ ਕੋਲ ਟੈਲੀਫੋਨ ਹੁੰਦਾ ਸੀਗਾ ਤਾਂ ਜਦੋਂ ਕਦੇ ਇੰਡੀਆ ਨੂੰ ਫੋਨ ਕਰਨਾ ਤਾਂ ਬੁੱਕ ਕਰਨਾ ਪੈਂਦਾ ਸੀ ਜਾਂ ਲੋਕਾਂ ਨੇ ਦੌੜਦੇ ਹੋਣਾ ਵੀ ਤੁਹਾਡਾ ਫੋਨ ਆਇਆ ਹਾਂਜੀ ਜਾਂ ਸਾਡੇ ਬੁਕਸ ਹੁੰਦੇ ਸੀਗੇ ਬਾਹਰ ਬਿਲਕੁਲ ਟੈਲੀਫੋਨ ਬੁਕਸਾਂ ਤੋਂ ਜਾ ਕੇ ਫੋਨ ਕਰਦੇ ਸੀਗੇ ਪਰ ਹੁਣ ਤਾਂ ਉਹ ਬੁਕਸ ਵੀ ਬਿਲਕੁਲ ਹੀ ਰਿਡੰਡੈਂਟ ਹੋ ਗਏ ਆ ਮੋਬਾਈਲ ਫੋਨ ਹਰੇਕ ਕੋਲ ਹੈਗਾ ਸਾਡੇ ਬਜ਼ੁਰਗਾਂ ਕੋਲ ਹੈਗੇ ਆ ਹਾਂਜੀ ਬਜ਼ੁਰਗਾਂ ਕੋਲ ਭਾਵੇਂ ਕਈਆਂ ਨੂੰ ਫੜਨਾ ਵੀ ਨਹੀਂ ਆਉਂਦਾ ਪਰ ਮੋਬਾਈਲ ਫੋਨ ਜ਼ਰੂਰ ਉਹਨਾਂ ਕੋਲ ਹੈਗੇ ਆ ਸੋ ਟੈਕਨੋਲੋਜੀ ਨੇ ਬਹੁਤ ਐਡਵਾਂਸਮੈਂਟ ਲਿਆਂਦੀ ਤਾਂ ਆਪਾਂ ਨੂੰ ਇਹਨੂੰ ਇਨਕਾਰ ਨਹੀਂ ਕਰ ਸਕਦੇ ਹਨਾ ਵੀ ਕਾਂਟ ਰਿਜੈਕਟ ਇਟ ਹਾਊਐਵਰ ਔਨ ਦੀ ਅਦਰ ਹੈਂਡ ਨੁਕਸਾਨ ਵੀ ਬਹੁਤ ਕੀਤਾ ਜਿੱਦਾਂ ਮੈਂ ਇੱਕ ਉਦਾਹਰਨ ਦੇਵਾਂ ਚੰਗਾ ਵੀ ਦੇਖਣਾ ਤੇ ਦੂਆ ਪੱਖ ਵੀ ਦੇਖਣਾ ਵੀ ਕਿਸ ਤਰ੍ਹਾਂ ਨਤੀਜਾ ਕੀ ਹੈ ਉਹਦਾ ਨਿਕਲਦਾ ਬਿਲਕੁਲ ਇੱਕ ਜੇ ਤੁਸੀਂ ਹੁਣ ਕਾਰ ਦੀ ਗੱਲ ਕਰਦੇ ਆ ਜਦੋਂ ਕਾਰ ਇਨਵੈਂਟ ਹੋਈ ਹੈ 100 ਸਾਲ ਹੋਇਆ ਕਾਰ ਨੂੰ ਬੜਾ ਚੰਨ ਹੋਇਆ ਔਰ ਕਾਰ ਨੇ ਹੀ ਦੁਨੀਆ ਦੇ ਵਿੱਚ ਕਿੰਨਾ ਰੈਵੋਲੂਸ਼ਨ ਲਿਆਂਦਾ ਸਾਰੀ ਲੈਂਡਸਕੇਪ ਬਦਲ ਦਿੱਤੀ ਆ ਪਰ ਇਹ ਵੀ ਸੱਚ ਆ ਇੱਕ ਸਮਾਂ ਹੁੰਦਾ ਸੀ ਵੀ ਲੋਕੀ ਗਵਾਂਢੀ ਆਉਂਦੀਆਂ ਗਵਾਂਢੀ ਨਾਲ ਗੱਲਬਾਤ ਕਰਦੇ ਸੀਗੇ ਇੱਕ ਦੂਜੇ ਨੂੰ ਮਿਲਦੇ ਸੀ ਇੱਕ ਦੂਜੇ ਦੇ ਘਰਾਂ 'ਚ ਰਹਿੰਦੇ ਸੀਗੇ ਪਰ ਜਦੋਂ ਦੀਆਂ ਕਾਰਾਂ ਲੋਕਾਂ ਨੂੰ ਮਿਲ ਗਈਆਂ ਕਾਰ ਦੇ ਵਿੱਚ ਬੈਠ ਕੇ ਤਾਂ ਸ਼ਹਿਰ ਦੇ ਦੂਜੇ ਪਾਸੇ ਜਾ ਕੇ ਆਪਣੇ ਯਾਰਾਂ ਦੋਸਤਾਂ ਨੂੰ ਮਿਲਦੇ ਹਾਂ ਸੋ ਕਨੈਕਸ਼ਨ ਵੀ ਬਣ ਗਏ ਤਾਂ ਕਨੈਕਸ਼ਨ ਟੁੱਟ ਵੀ ਗਏ ਤਾਂ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਨਾਲ ਵੀ ਕਨੈਕਸ਼ਨ ਬਹੁਤ ਬਣਦੇ ਆ ਪਰ ਜਿੱਥੇ ਬਣਦੇ ਉੱਥੇ ਟੁੱਟੀ ਵੀ ਜਾਂਦੇ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਹੈ ਖਾਸ ਕਰਕੇ ਅਸੀਂ ਪਰਿਵਾਰਾਂ ਜਾਂ ਬੱਚਿਆਂ ਤੇ ਕੀ ਅਸਰ ਪੈਂਦਾ ਇਹਦੇ ਤੇ ਗੱਲ ਕਰਨੀ ਉਹ ਇੱਕ ਮੰਜੀ ਪਿਛਲੇ ਹਫ਼ਤੇ ਇੱਕ ਰਿਸਰਚ ਸਟੱਡੀ ਆਈ ਬਨਾਡੋਸ ਜੋ ਕਿ ਇੱਥੇ ਚਿਲਡਰਨ ਚੈਰਿਟੀ ਆ ਤਾਂ ਉਹਨਾਂ ਨੇ ਕਿਹਾ ਵੀ ਚਿਲਡਰਨ ਅੰਡਰ 5 ਜਿਹਦੇ ਕਿ 5 ਸਾਲ ਦੇ ਬੱਚੇ ਵੀ ਸੋਸ਼ਲ ਮੀਡੀਆ ਜਾਂ 5 ਸਾਲ ਦਾ ਬੱਚਾ ਕੀ ਹੁੰਦਾ ਦੇ ਬਿਕਮਿੰਗ ਐਡਿਕਟਡ ਕੁਝ ਐਵੀਡੈਂਸ ਹੈਗਾ ਵੀ 5-5 ਸਾਲ ਦੇ ਬੱਚੇ
ਸੋ ਇਹਦੇ ਚ ਤੁਹਾਨੂੰ ਮੈਂ ਕਹਿੰਦੀ ਇਹ ਤਾਂ ਛੋਟੇ ਵੀ ਹੈ ਚਲੋ ਹੋ ਸਕਦਾ ਪਰ ਓਕੇ 300 ਦੇ ਤਾਂ ਇਹਦੇ ਚ ਇਹ ਹੋ ਸਕਦਾ ਵੀ ਜਿਹੜੇ ਮਾਪੇ ਆ ਉਹ ਆਪ ਵੀ ਬਿਜ਼ੀ ਹੋ ਕੇ ਸਹਿਜ ਉਹ ਕਹਿੰਦੇ ਬੱਚਿਆਂ ਨੂੰ ਦੇ ਦੋ ਟਾਪ ਤੋਂ ਵੀ ਉਹਨਾਂ ਨੂੰ ਵੀ ਫੋਨ ਦਿੱਤੇ ਤਾਂ ਆਪ ਵੀ ਬਿਜ਼ੀ ਆ ਤੇ ਇਹਦੇ ਵਿੱਚ ਚਲੋ ਕਾਰਟੂਨਸ ਦੇ ਸਕਦੇ ਹੋ ਚੰਗੀ ਪਰ ਅੱਜ ਸਾਈਬਰ ਬੁਲਿੰਗ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਔਰ ਨਾਲ ਹੀ ਜੋ ਗਰੂਮਿੰਗ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਤਾਂ ਇਹਦੇ ਬਾਰੇ ਵੀ ਆਪਾਂ ਗੱਲ ਕਰੂੰਗੇ ਜਿਹੜੇ ਹੈ ਨਾ ਕਹਿੰਦੇ ਵੀ ਜਿਹੜੇ 16 ਪਲੱਸ ਗਰੁੱਪ ਆ ਉਹਨਾਂ ਦੀ ਇੱਕ ਸੈਲਫ ਹਾਰਮਿੰਗ ਜਾਂ ਸੁਈਸਾਈਡ ਦੀ ਬੜੀ ਇੱਕ ਡੇਂਜਰ ਹੈਗੀ ਜਾਂ ਬੁਲੀਇੰਗ ਜਾਂ ਸੁਈਸਾਈਡਲ ਬਿਹੇਵੀਅਰ ਅੱਜ ਕੱਲ੍ਹ ਉਹ ਵੀ ਸਾਈਟਸ ਹੈਗੀਆਂ ਸੋਸ਼ਲ ਮੀਡੀਆ ਸਾਈਟਸ ਬਿਲਕੁਲ ਤੁਹਾਨੂੰ ਦੱਸਿਆ ਜਾਂਦਾ ਤੁਸੀਂ ਫਾਹਾ ਕਿੱਦਾਂ ਲੈਣਾ ਔਰ ਇਨਕਰੇਜ ਵੀ ਕੀਤਾ ਜਾਂਦਾ ਵੀ ਫਾਹਾ ਲੈਣਾ ਸੋ ਇਹ ਵੀ ਗੱਲ ਹੈਗੀ ਦੂਜੇ ਪਾਸੇ ਅਸੀਂ ਸੈਕਸ਼ੁਅਲ ਗਰੂਮਿੰਗ ਦੀ ਗੱਲ ਪਹਿਲਾਂ ਵੀ ਕੀਤੀ ਆ ਵੀ ਕਈ ਜਿਹੜੇ ਆਪਣੇ ਆਪ ਨੂੰ ਪਰਸੋਨਾ ਬਣਾਉਂਦੇ ਵੀ ਮੈਂ ਬੱਚਾ ਆ ਮੈਂ ਸਹੇਲੀ ਬਣਨਾ ਮੈਂ ਤੇਰੀ ਸਹੇਲੀ ਬਣਨੀ ਤੁਹਾਡੀ ਉਮਰ ਦੇ ਜਿੱਦਾਂ ਉਹਨਾਂ ਦੀ ਉਮਰ ਦੇ ਕਹਿੰਦੇ ਵੀ ਤੁਹਾਡੀ ਉਮਰ ਦੇ ਹਾਂਜੀ ਤੇ ਫਾਲਸ ਆਈਡੀ ਦਿੰਦੇ ਆ ਸੋ ਕਈ ਜਾਨੀ ਕਿਹਦੇ ਪੱਖ ਹੈ ਕਿ ਜਿਹੜੇ ਬਰਨਾਡੋ ਦਾ ਚੀਫ ਐਗਜ਼ੈਕਟਿਵ ਆ ਜਵੇਦ ਖਾਨ ਉਹਨਾਂ ਨੇ ਕਿਹਾ ਸੀ ਕਹਿੰਦੇ ਵੀ ਆਲਦੋ ਦੀ ਇੰਟਰਨੈਟ ਆਫਰਸ ਇਨਕ੍ਰੈਡੀਬਲ ਓਪਰਚੁਨਿਟੀਜ਼ ਟੂ ਲਰਨ ਐਂਡ ਪਲੇ ਇਟ ਆਲਸੋ ਕੈਰੀਜ਼ ਸੀਰੀਅਸ ਨਿਊ ਰਿਸਕਸ ਫਰੋਮ ਸਾਈਬਰ ਬੁਲੀਇੰਗ ਟੂ ਆਨਲਾਈਨ ਗਰੂਮਿੰਗ ਐਂਡ ਦਿਸ ਕੈਨ ਹੈਵ ਅ ਡੈਵਾਸਟੇਟਿੰਗ ਇੰਪੈਕਟ ਔਨ ਦ ਲਾਈਵਸ ਆਫ ਦ ਚਿਲਡਰਨ ਦ ਮੋਸਟ ਵਲਨਰੇਬਲ ਚਿਲਡਰਨ ਆਫਟਨ ਜਿੱਥੇ ਆਲਰੇਡੀ ਉਹਨਾਂ ਨੂੰ ਸ਼ਾਇਦ ਫੈਮਿਲੀ ਦੇ ਵਿੱਚ ਸਪੋਰਟਿੰਗ ਨਹੀਂ ਮਿਲਦੀ ਚਿਲਡਰਨ ਟੂਡੇ ਸੀ ਦ ਇੰਟਰਨੈਟ ਐਸ ਅ ਨੈਚੁਰਲ ਪਾਰਟ ਆਫ ਦੇਅਰ ਵਰਲਡ ਸੋ ਉਹ ਕਹਿ ਰਿਹਾ ਵੀ ਤੁਸੀਂ ਯੂ ਕਾਂਟ ਟੇਕ ਇਟ ਅਵੇ ਫਰੋਮ ਜਸਟ ਲਾਈਕ ਯੂ ਕੈਨ ਨਾਟ ਬੈਨ ਕਾਰਸ ਆਵਰ ਜੋਬ ਐਸ ਅ ਸੋਸਾਇਟੀ ਇਜ਼ ਟੂ ਮੇਕ ਸ਼ੋਰ ਚਿਲਡਰਨ ਆਰ ਪ੍ਰੋਟੈਕਟਿਡ ਆਨਲਾਈਨ ਐਸ ਦੇ ਆਰ ਆਫਲਾਈਨ ਹੁਣ ਐਗਜ਼ਾਮਪਲ ਇਹਦੇ 'ਚ ਜੇ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਬੱਚਿਆਂ ਤੂੰ ਸਕੂਲੇ ਜਾਣਾ ਕਿਸੇ ਸਟ੍ਰੈਂਜਰ ਦੇ ਨਾਲ ਨਾ ਤੁਸੀਂ ਗੱਲ ਨਹੀਂ ਕਰਨੀ ਕਿਸੇ ਦੀ ਕਾਰ ਦੇ ਵਿੱਚ ਨਾ ਪੜਨੀ ਜਾਂ ਗੱਲ ਵੀ ਨਹੀਂ ਕਰਨੀ ਤੇ ਕਿਉਂਕਿ ਅੱਜ ਉਹ ਦਿੰਦੇ ਨਾ ਸਵੀਟਾਂ ਦਿੰਦੇ ਹੁੰਦੇ ਆ ਤੇ ਡਰਾਈਵ ਕਰਨ ਨੂੰ ਪਰ ਕਹਿੰਦੇ ਅਸੀਂ ਸ਼ਾਇਦ ਆਨਲਾਈਨ ਇੰਨਾ ਕੋਸ਼ਿਸ਼ ਹੈ ਨਹੀਂ ਜਿੰਨਾ ਜਿੰਨਾ ਅਸੀਂ ਰੀਅਲ ਲਾਈਫ ਦੇ ਵਿੱਚ ਹੋਵੇ ਇੱਕ ਕੇਸ ਸਟੱਡੀ ਵੀ ਉਹਨੇ ਪਬਲਿਸ਼ ਕੀਤੀ ਸੀ 12 ਈਅਰ ਓਲਡ ਮੇਜ਼ੀ ਸ਼ੀ ਯੂਜ਼ ਟੂ ਇੰਜੋਏ ਪੋਸਟਿੰਗ ਵੀਡੀਓਜ਼ ਆਨਲਾਈਨ ਬਟ ਦੈਨ ਬਿਕੇਮ ਅ ਵਿਕਟਿਮ ਆਫ ਸੈਕਸ਼ੂਅਲ ਗਰੂਮਿੰਗ ਜਿਹੜੀ ਕਿ ਉਹ ਆਪਣੀ ਪਿਕਚਰਸ ਲਾਉਂਦੀ ਸੀ ਉਹਨੂੰ ਜਿਹੜੇ ਮੋਹਲੇ ਕਹਿੰਦੇ ਤੂੰ ਇੱਦਾਂ ਪਿਕਚਰ ਲਾ ਤੂੰ ਇੱਦਾਂ ਪਿਕਚਰ ਲਾ ਤੁਸੀਂ ਫੋਟੋ ਖਿੱਚੋ ਤਾਂ ਇੱਕਦਮ ਫੋਟੋ ਬਦਲ ਜਾਂਦੀ ਹੈ ਜਦੋਂ ਇੱਕ ਵਾਰੀ ਬਾਹਰ ਚਲ ਗਈ ਹੈ ਫਿਰ ਤੁਸੀਂ ਤੇ ਇਹਦੇ ਵਿੱਚੋਂ ਵੀ ਐਕਸਪੋਜ਼ ਹੋ ਜਾਂਦੇ ਆ ਕਈ ਵਾਰੀ ਮੈਂ ਕਹਿੰਦੀ ਆ ਜਿਹੜੇ ਸਿਆਣੇ ਕਹਿ ਲਓ ਜਾਂ ਕਿ ਇਹਨੂੰ ਜਿਹਨਾਂ ਨੂੰ ਯੂਜ਼ ਨਹੀਂ ਕਰਨਾ ਆਉਂਦਾ ਜਿੱਦਾਂ ਇੰਸਟਾਗ੍ਰਾਮ ਜਾਂ ਹੋਰ ਕਹਿ ਲਓ ਜਾਂ ਚੀਜ਼ਾਂ ਉਹਨਾਂ ਨੂੰ ਮਾਂ ਬਾਪ ਨੂੰ ਪਤਾ ਵੀ ਨਹੀਂ ਹੁੰਦਾ ਤੁਹਾਡਾ ਬੱਚਾ ਕੀ ਕਰ ਰਿਹਾ ਬਿਲਕੁਲ ਗੱਲ ਠੀਕ ਹੈ ਔਰ ਇਹ ਵੀ ਹੈਗਾ ਕਿ ਸਰ ਬੱਚਿਆਂ ਦੀ ਗੱਲ ਨਹੀਂ ਆਪਾਂ ਨਹੀਂ ਐਡਲਟਸ ਤਾਂ ਚਲੋ ਐਡਲਟਸ ਤੇ ਯਾ ਟੀਨੇਜਰਸ ਇਦਾਂ ਇਨ ਫੈਕਟ ਆਈ ਊਡ ਸੇ ਵੀ ਜਿਹੜਾ ਸੋਸ਼ਲ ਮੀਡੀਆ ਮੈਂ ਆਪਣੀ ਗੱਲ ਦੀ ਕਰਦਾ ਅਸੀਂ ਅੱਜ ਕਿਸੇ ਨੂੰ ਦੂਜੇ ਨੂੰ ਮਤ ਦੇਣ ਵਾਸਤੇ ਨਹੀਂ ਬੱਚੇ ਦੀ ਮੈਂ ਗੱਲ ਕਰੀ ਜਿਹੜਾ ਟੀਨੇਜਰਸ ਦੀ ਗੱਲ ਕਰ ਰਹੀ ਆ ਸਾਡੀਆਂ ਜਿੰਨੀਆਂ ਵੀ ਸੋਸ਼ਲ ਹਿਊਮਨ ਰਿਲੇਸ਼ਨਸ ਆ ਉਹ ਡਿਸਟਰਪਟ ਹੋ ਰਹੀ ਆ ਬਿਗ ਟਾਈਮ ਸੋਸ਼ਲ ਮੀਡੀਆ ਇਜ਼ ਡਿਸਟਰਪਟਿੰਗ ਇਨ ਦ ਲਿਵਿੰਗ ਰੂਮ ਰਿਲੇਸ਼ਨਸ਼ਿਪਸ ਯਾ ਐਬਸੋਲੂਟਲੀ ਇਨ ਦ ਫੈਮਿਲੀਜ਼ ਔਰ ਇਹਦੇ 'ਚ ਇਹ ਜੇ ਆਪਾਂ ਪੰਥਕ ਵੀ ਗੱਲ ਕਰੀਏ ਪੰਥ ਜਾਂ ਸਿੱਖ ਧਰਮ ਜਿੱਥੇ ਅਸੀਂ ਦੁਨੀਆਂ ਦੇ ਵਿੱਚ ਪੰਥ ਜੁੜ ਵੀ ਗਿਆ ਪਰ ਉਹਦੇ ਨਾਲ ਅਸੀਂ ਇੱਕ ਦੂਜੇ 'ਤੇ ਗਾਲ ਗਲੋਚੀ ਦੂਸ਼ਣਬਾਜ਼ੀ ਫੇਕ ਨਿਊਜ਼ ਪਿਕਚਰਾਂ ਵੀਡੀਓ ਬਣਾ ਕੇ ਸੋ ਜਿੱਥੇ ਅਸੀਂ ਭਲਾ ਕਰ ਸਕਦੇ ਸੀ ਪੰਥ ਦਾ ਉੱਥੇ ਨੁਕਸਾਨ ਦਾ ਵੀ ਸਾਧਨ ਬਣ ਗਿਆ ਪ੍ਰੋਪਾਗੈਂਡਾ ਔਰ ਸਰਕਾਰਾਂ ਵੀ ਵਿੱਚ ਬਹੁਤ ਕੁਛ ਪਾ ਰਹੀਆਂ ਸੋ ਬਹੁਤ ਜ਼ਿਆਦਾ ਚੈਲੇਂਜਸ ਆ ਸ਼ਾਇਦ ਅਸੀਂ ਅੱਜ ਪ੍ਰੋਗਰਾਮ 'ਤੇ ਸਾਰੇ ਚੈਲੇਂਜਸ ਨਹੀਂ ਕਵਰ ਕਰੂੰਗੇ ਪਰ ਸਾਡੇ ਦੋ ਜਿਹੜੇ ਅੱਜ ਵੀਰ ਆ ਮੈਂ ਕਹਿੰਦਾ ਜੇ ਕੋਈ ਕਵਰ ਕਰ ਸਕਦਾ ਤਾਂ ਦੋ ਹੀ ਐਕਸਪਰਟ ਹੈਗੇ ਆ ਇਹਨਾਂ ਨੂੰ ਆਪਾਂ ਇੰਟਰੋਡਿਊਸ ਕਰੀਏ ਸਭ ਤੋਂ ਪਹਿਲਾਂ ਮੈਂ ਸੱਜੇ ਹੱਥੇ ਮੇਰੇ ਛੋਟੇ ਵੀਰ ਸਾਡੇ ਪੁੱਤਰ ਮੈਂ ਕਹਿ ਸਕਦੇ ਸਾਡੀ ਉਮਰ ਦੇ ਲਿਹਾਜ਼ ਨਾਲ ਬਹੁਤ ਹੀ ਐਕਟਿਵ ਜਸਪ੍ਰੀਤ ਸਿੰਘ ਜੋ ਕਿ ਬਰਮਿੰਗਮ ਸਿਟੀ ਯੂਨੀਵਰਸਿਟੀ ਦੇ ਵਿੱਚ ਪੋਸਟ ਗ੍ਰੈਜੂਏਟ ਕਰਦੇ ਨੇ ਔਰ NUS ਦੇ ਵਿੱਚ ਬਹੁਤ ਐਕਟਿਵ ਔਰ ਹੀ ਇਜ਼ ਐਕਟਿਵ ਔਨ ਸੋਸ਼ਲ ਮੀਡੀਆ ਜਸਪ੍ਰੀਤ ਜੀ ਆਨ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਔਰ ਮੇਰੇ ਖੱਬੇ ਹੱਥ ਤੇ ਮੇਰੇ ਬਹੁਤ ਸਤਿਕਾਰਯੋਗ ਤੁਸੀਂ ਕਹਿ ਸਕਦੇ ਕਈ ਫਰੰਟਸ ਤੋਂ ਐਕਟਿਵ ਬੋਬੀ ਸਿੰਘ ਜੋ ਕਿ ਲਵ ਯੋਰ ਪੋਸਟ ਕੋਡ ਔਰ ਲਵ ਮਾਈ ਪੋਸਟ ਕੋਡ ਔਰ ਲਵ ਯੋਰ ਪੋਸਟ ਕੋਡ ਸੋ ਬੋਬੀ ਸਿੰਘ ਹੀ ਇਜ਼ ਵਨ ਆਫ ਦੀਸ ਯੂ ਕੈਨ ਸੇ ਨਿਊ ਐਂਟਰਪ੍ਰੀਨਰਸ who have really used media in very powerful ways. So he understands the power of media because the kind of work he's done
you know, if you don't understand the power of media, mm-hmm. then you can't really do that. Yeah. And of course, that power is like a weapon. It can go both ways. Yeah, yeah. So, Bobby, thanks for coming. Thank you for inviting me. Yeah. Bobby, I'd like to start off with you. Please. What do we mean by social media? What are the main platforms and how does it work? God, you know, there's so many platforms. Just as in main bush there, it's obviously things like Facebook, LinkedIn, Instagram, Twitter, and I'm sure there's 25 others in the background. Yeah. But the main, number one winning platform right now is Facebook and Instagram, that's right, which is owned by the same company. Mm-hmm. But what I've heard, Bobby, is that, Facebook is heritage all this again. Yeah. Mm. But now the youth see that as old hat. This is for the oldies and that they're on Instagram. Yeah. And, yeah. Absolutely, Snapchat. What's the difference? Yeah. Because, you know, honest to God, some of these that you don't even use. I don't use them. I know. It's really scary, isn't it? It is really scary. I was only with somebody on it not long ago, and they said, "What's Facebook?" So it just shows in the last 10, 15 years, Facebook has got quite old. Yeah. And they said, we only use Instagram. Mm. So do you know what I bet? I said, only last week, I said, why Instagram? Because they're all under the age of like 12, 13. They go, Instagram's really cool. It's where we do everything. Mm. So it seems like Instagram right now is even bigger than Facebook. Yeah. Yeah. But just there's some key differences. I think educational program karna. Facebook you can have closed thodi closed kar sakde tusi group hanji ja open bhi kar sakde and you can block people as well hanji WhatsApp hota hai closed hanji ye ta hai but jehda Snapchat I've heard that it's very very vulnerable on chat ni hanji do you use it hanji main khanda use tell us about that then it's like the wild west interesting gal hai ke hun jidda meri jinni umar ya main ohna bachiyan de vichon ha ਜਿੱਦਾਂ ਕਹਿ ਲਓ ਕਿ ਹੁਣ ਮਿਡਲ ਏਜ ਵਾਈ ਜਨ ਇਹਨੂੰ ਕਹਿੰਦੇ ਵਾਈ ਜਨ ਵਾਈ ਜਨ ਹਾਂਜੀ ਕਿ ਜਿਹੜੇ ਤੁਸੀਂ ਮਿਡਲ ਏਜ ਹਾਂਜੀ ਜਿਹੜਾ ਯੂ ਨੋ ਮਿਡਲ ਏਜ ਐਟ ਆਲ ਕਿ ਯੂ ਇਨ ਯੂਰ 20s ਲੇਟ 20s ਆਰ ਯੂ 20 25 ਸਾਲਾਂ ਦਾ ਹੋਇਆ ਮੈਂ ਰੀਸੈਂਟ ਨੋ ਵਲ ਹੀ ਇਜ਼ ਨੋ ਇਵਨ ਲੇਟ ਨੋਟ ਰੱਖੇ ਤਾਂ ਵਿਆਹ ਵੀ ਨਹੀਂ ਹੋਇਆ ਓ ਮਾਈ ਗੋਡ ਯੂ ਕੁਡ ਨੀ ਸੋ ਮਿਡਲ ਏਜ ਮਿਡਲ ਏਜ ਹੈ ਉਹ ਤਾਂ ਆਪਾਂ ਤਾਂ ਬਾਬੇ ਹੋ ਗਏ ਅਸੀਂ ਕਿਵੇਂ ਹੋਏ ਅਸੀਂ ਤਾਂ ਅੰਦਰ ਦੇ ਬਹੁਤ ਹੀ ਸਿਆਣੇ ਆ ਕਿੱਦਾਂ ਚੱਲਦਾ ਕਿੱਦਾਂ ਸਨੈਪਚੈਟ ਆ ਕਿੱਦਾਂ ਫੋਟੋ ਸਪੈਸ਼ਲੀ ਇੱਕ ਡਮੀ ਸਕ੍ਰਾਈਬ ਹੈ ਹਾਂਜੀ ਜਿੱਦਾਂ ਸਨੈਪਚੈਟ ਇੰਸਟਾਗ੍ਰਾਮ ਦੇ ਵਿੱਚ ਫੇਸਬੁੱਕ ਦੇ ਵਿੱਚ ਬਹੁਤ ਫਰਕ ਹੈ ਹੁਣ ਜਿੱਦਾਂ ਮੇਰੀ ਉਮਰ ਵਾਲੇ ਜ਼ਿਆਦਾ ਫੇਸਬੁੱਕ ਉਹ ਵਾਲੀ ਜਨਰੇਸ਼ਨ ਪਰ ਜਿੱਦਾਂ ਬੋਬੀ ਭਾਅ ਜੀ ਨੇ ਕਿਹਾ ਜਿਹੜੇ ਅੱਜ ਕੱਲ੍ਹ ਯੰਗ ਜਨਰੇਸ਼ਨ ਹੈ ਉਹ ਜ਼ਿਆਦਾ ਸਨੈਪਚੈਟ ਅਤੇ ਇੰਸਟਾਗ੍ਰਾਮ ਵਰਤਦੇ ਸਨੈਪਚੈਟ ਦੇ ਵਿੱਚ ਇੰਟਰਸਟਿੰਗ ਫੀਚਰ ਉਹਨਾਂ ਨੇ ਰੀਸੈਂਟਲੀ ਆਹ ਪਾਇਆ ਕਿ ਤੁਸੀਂ ਜਿਹੜੀ ਲੋਕੇਸ਼ਨ ਆ ਜਿੱਥੇ ਵੀ ਬੰਦਾ ਰਹਿੰਦਾ ਉਹ ਵੀ ਟ੍ਰੇਸ ਕਰ ਸਕਦੇ ਆ ਓ ਮਾਈ ਗੋਡ ਜਿੱਦਾਂ ਹੁਣ ਜਿਹੜੇ ਖਾਸ ਕਰਕੇ ਜਿਹੜੇ 18-19 ਸਾਲਾਂ ਦਾ ਬਹੁਤ ਸਕੇਰੀ ਤੁਹਾਨੂੰ ਪਤਾ ਤੁਸੀਂ ਕਿੱਥੇ ਰਹਿੰਦੇ ਆ ਹਾਂਜੀ ਕਿੱਥੇ ਬੈਠੇ ਆ ਜਾਂ ਤੁਸੀਂ ਅੱਜ ਬਰਮਿੰਗਮ ਤੋਂ ਲੰਡਨ ਐਂਡ ਵੇਅਰ ਆਰ ਯੂ ਟ੍ਰੈਵਲਿੰਗ ਬਹੁਤ ਇੰਪੋਰਟੈਂਟ ਹੈ ਜਿਹਦੇ ਆਪਾਂ ਵੀਰੋਂ ਦੱਸੀਏ ਕਿਉਂਕਿ ਸ਼ਾਇਦ ਵੀਰੋਂ ਨੂੰ ਵੀ ਨਹੀਂ ਪਤਾ ਹੋਗਾ ਸ਼ਾਇਦ ਮੈਨੂੰ ਵੀ ਨਹੀਂ ਪਤਾ ਸੀ ਹਾਂਜੀ ਵੀ ਤੁਹਾਡੇ ਜਿਹੜੇ ਫੋਨ ਸੈਟਿੰਗਸ ਹੁੰਦੀਆਂ ਨਾ ਉਹਦੇ ਵਿੱਚ ਹੁੰਦੀ ਸੈਟਿੰਗ ਵੀ ਤੁਸੀਂ ਆਪਣਾ ਲੋਕੇਸ਼ਨ ਔਰ ਕੱਲੇ ਆਪ ਤੁਹਾਨੂੰ ਕਰਨਾ ਪੈਂਦਾ ਨਾ ਹਾਂਜੀ ਜਿਹੜਾ ਆਪ ਹੀ ਕਰਨਾ ਪੈਂਦਾ ਪਰ ਇੰਟਰਸਟਿੰਗ ਗੱਲ ਜਿੱਦਾਂ ਸਨੈਪਚੈਟ ਦੀ ਜਾਂ ਹੋਰ ਐਪਸ ਦੀ ਆ ਆ ਕਿ ਜਦੋਂ ਤੁਸੀਂ ਆਪਣੀ ਲੋਕੇਸ਼ਨ ਅਨੇਬਲ ਕਰ ਦਿੰਦੇ ਆ ਤੇ ਜਿਹੜੇ ਅੱਜ ਕੱਲ੍ਹ ਦੇ ਵੱਡੀਆਂ ਕੰਪਨੀਆਂ ਜਿੱਦਾਂ ਗੂਗਲ ਲੈ ਲਓ ਜਾਂ ਫੇਸਬੁੱਕ ਲੈ ਲਓ ਉਹ ਤੁਹਾਡੀ ਲੋਕੇਸ਼ਨ ਵੀ ਟ੍ਰੇਸ ਕਰਦੀਆਂ ਰਹਿੰਦੀਆਂ ਮੈਂ ਦੇਖਿਆ ਉੱਤੇ ਹਾਂਜੀ ਹੁਣ ਜਿੱਦਾਂ ਟ੍ਰੈਫਿਕ ਦੇ ਵਿੱਚ ਹੋਈ ਹੈ ਗੂਗਲ ਇੱਕਦਮ ਸਹੀ ਦੱਸਦਾ ਕਿ ਹਾਂ ਵੀ ਇੱਥੋਂ ਟ੍ਰੈਫਿਕ ਜ਼ਿਆਦਾ ਆ ਉੱਥੋਂ ਘੱਟ ਆ ਪਰ ਸਨੈਪਚੈਟ ਦੇ ਵਿੱਚ ਵੀ ਇੱਦਾਂ ਹੀ ਆ ਕਿ ਲੋਕੇਸ਼ਨ ਦਾ ਪਤਾ ਲੱਗਦਾ ਰਹਿੰਦਾ ਆ ਬੱਚਾ ਕਿੱਥੇ ਆ ਕਿੱਥੇ ਬੋਬੀ ਮੈਂ ਵੀ ਦੇਖਿਆ ਵੀ ਕਈ ਜਿਹੜੇ ਪ੍ਰੋਗਰਾਮਸ ਆ ਦੇ ਕੁਡ ਬੀ ਈਦਰ ਅਫੀਸ਼ੀਅਲ ਯੂ ਨੋ ਕਮਰਸ਼ੀਅਲ ਔਰ ਦੇ ਕੁਡ ਬੀ ਪੀਪਲ ਹੂ ਵਰਕ ਔਨ ਦ ਡਾਰਕ ਵੈਬ ਔਰ ਪੀਪਲ ਹੂ ਗਾਟ ਅਲਟੀਰੀਅਰ ਮੋਟਿਵਸ ਯਾ ਦੇ ਕੈਨ ਐਕਚੁਅਲੀ ਸਕੈਨ ਦ ਵੈਬ ਦੇ ਕੈਨ ਸਕੈਨ ਇਮੇਜਸ ਦੇ ਕੈਨ ਸਕੈਨ ਕੰਟੈਂਟ and they can capture people. It's like fishing. They can fish. They call it fishing, in fact. Yeah, absolutely. Fishing, yeah. I suppose, you know, you've got to be vigilant. I mean, like, the on then you've got to use this thing. Only yesterday, I think somebody gave me their mobile phone, and they were saying, Buddy, can you add love your postcode to Facebook? This lady that phone for her, she had three accounts on Facebook. Three different accounts. So, look, there's a lot of fake accounts. There's a lot That's of very things. True, there's what you said, yeah. There's a lot of things going on. Yeah. Like, you... They'll put a picture of someone else. Yeah. And they want to join you. Yeah. And, you know, put a request if you... Yeah.
you know, and I've noticed that. It's really dangerous. Like, yeah. I think it can go like one of, it's really scary, but it's also really exciting. It really depends upon if you use it sensibly. Yeah, but you don't know on the other end who it could be. That's 100%. Quite frightening. Well, that's you can find anybody that you want to. Hansa, they've got a client, and she's very clever. ਉਹਦੇ ਆਪਾਂ ਕੋਈ ਬੰਦਾ ਪ੍ਰੋਪਰਟੀ ਦੇ ਵਿੱਚ ਪਾਇਆ ਨਾਲੇ ਉਹਨੇ ਇੰਦਾ ਕੀਤਾ ਕਲੇਵਰ ਲੇਡੀ ਆ ਸ਼ੀ ਲਿਵਸ ਇਨ ਡੈਵਨ ਐਂਡ ਸ਼ੀ ਗੋਜ਼ ਓ ਗਿਵ ਮੀ ਦਾ ਫੁੱਲ ਨੇਮ ਜਦੋਂ ਉਹਨੂੰ ਨਾਮ ਦਿੱਤਾ ਸ਼ੀ ਵੈਂਟ ਔਨ ਫੇਸਬੁੱਕ ਟੂ ਫਾਈਂਡ ਹਿਮ ਸੋ ਸ਼ੀ ਇਜ਼ ਆਲਰੇਡੀ ਚੈਕਿੰਗ ਹਿਸ ਪ੍ਰੋਫਾਈਲ ਚੈਕਿੰਗ ਹਿਸ ਪਿਕਚਰਸ ਐਂਡ ਐਵਰੀਥਿੰਗ ਸ਼ੀ ਕਮਸ ਬੈਕ ਟੂ ਅਸ ਵਿਦ ਇਨ 5 ਮਿਨਟਸ ਐਂਡ ਸੇਜ਼ ਆਈ ਡੋਨਟ ਲਾਈਕ ਦਿਸ ਥਿੰਗ ਅਬਾਊਟ ਹਿਮ ਦਾ ਇੱਕ ਫੋਟੋ ਦੇ ਵਿੱਚ ਇਟ ਸੀਮ ਰਾਈਟ ਯੈਸ ਸਮਥਿੰਗ ਵਾਸਨਟ ਰਾਈਟ ਸ਼ੀ ਗੋਜ਼ ਸੋ ਉਹਨੇ ਉਹਦੇ ਉੱਤੇ ਕ੍ਰੈਡਿਟ ਚੈੱਕ ਜਾਂ ਐਪਲੀਕੇਸ਼ਨ ਚੈੱਕ ਫੇਸਬੁੱਕ ਦੇ ਉੱਤੇ ਕਰ ਲਿਆ ਸੋ ਬਿਕਾਜ਼ ਦਾ ਹੋਲ ਆਫ ਆਰ ਹਿਸਟਰੀ ਇਜ਼ ਔਨ ਇਟ ਈਵਨ ਇੰਪਲੋਇਰਸ ਜਦੋਂ ਆਪਾਂ ਵੀ ਹੁਣ ਕਿਸੇ ਨੂੰ ਜੋਬ ਦਿੰਦੇ ਆ ਆਪਾਂ ਪਹਿਲਾ ਚੀਜ਼ ਆਪਾਂ ਉਹਨਾਂ ਨੂੰ ਫੇਸਬੁੱਕ ਦੇ ਵਿੱਚ ਪਹਿਲਾਂ ਲੱਭਦੇ ਆ ਸੋ ਉਹਦੀ ਪ੍ਰੋਫਾਈਲ ਦੇਖਦੇ ਆ ਐਬਸੋਲੂਟਲੀ 100% what they doing and do you know a lot face. Of people don't get property and a lot of people don't get jobs because of their profiles in social media. Well, that's a really good point, and you know, particularly for young professionals and students, if whatever goes on Facebook, it can stays there. Yeah. And so if you've been up to some angry funky, ਜਿਹੜਾ ਹੁਣ ਮਾਈਕਲ ਗੋਵ ਦੀ ਗੱਲ ਆਈ ਆ ਚਲੋ ਹੀ ਇਜ਼ ਨਾਟ ਦ ਫੇਸਬੁੱਕ ਜਨਰੇਸ਼ਨ ਬਟ ਇਫ ਯੂ ਆਰ ਇਨ ਦ ਸਟੂਡੈਂਟਸ ਯੂਨੀਅਨ ਡੂਇੰਗ ਹੰਕੀ ਪੰਕੀ ਸਮਥਿੰਗ ਇਜ਼ ਗੋਇੰਗ ਟੂ ਗੈਟ ਅ ਸਨੈਪਚੈਟ ਓਹ ਯਾ ਯਾ ਐਂਡ ਦੈਟ ਵਿਲ ਦੈਨ ਕੰਟੀਨਿਊ ਬਿਕਾਜ਼ ਇਫ ਯੂ ਗੋਇੰਗ ਟੂ ਬਿਕਮ ਅ ਪ੍ਰੋਫੈਸ਼ਨਲ ਦੈਨ ਦੇ ਗੋਇੰਗ ਟੂ ਸੇ ਯੂ ਨੋ ਦੇ ਵਿਲ ਗੈਟ ਯੂ ਬਿਕਾਜ਼ ਆਈ ਨੋ ਦੈਟ ਇੰਪਲੋਇਮੈਂਟ ਏਜੰਸੀਜ਼ ਐਂਡ ਦ ਫਰਸਟ ਥਿੰਗ ਟੂ ਡੂ ਨਾਓ ਸਪੈਸ਼ਲੀ ਪ੍ਰੋਫੈਸ਼ਨਲ ਜੋਬਸ ਦੇ ਡੂ ਇੰਟਰਨੈਟ ਸਰਚ ਕੋਸਟ ਦੇ ਕੋਸਟ ਦੇ ਪਰ ਗੱਲ ਇਹ ਕਿ ਜਦੋਂ ਤੁਸੀਂ ਕਹਿੰਦੇ ਕਿਸੇ ਨੇ ਸਨੈਪਚੈਟ ਖਿੱਚ ਲਈ ਅੱਜ ਕੱਲ੍ਹ ਤਾਂ ਇੱਦਾਂ ਸਾਰੇ ਆਪਣੀਆਂ ਆਪ ਹੀ ਪਾਉਂਦੇ ਆ ਕਿ ਇੰਟਰਸਟਿੰਗ ਆ ਕਿ ਆਪਾਂ ਆਪਣੇ ਡਿਜੀਟਲ ਫੁੱਟਪ੍ਰਿੰਟ ਪਿੱਛੇ ਛੱਡੀ ਜਾਂਦੇ ਆ ਕਿ ਜਿੱਦਾਂ ਤੁਸੀਂ ਕਿਹਾ ਕਿ ਉਹ ਇੰਪਲੋਇਰਸ ਡੈਫੀਨੇਟਲੀ ਉਹ ਜਿੱਦਾਂ ਦੇਖਦੇ ਆ ਈਵਨ ਇੰਪਲੋਇਰਸ ਨਹੀਂ ਜਿੱਦਾਂ ਕਿ ਇਫ ਯੂ ਵਾਂਟ ਟੂ ਪਾਰਟੀਸਪੇਟ ਇਨ ਡਿਫਰੈਂਟ ਐਕਟੀਵਿਟੀਜ਼ ਐਸ ਵੈਲ ਸੋ ਇਫ ਯੂ ਵਾਂਟ ਟੂ ਮੀਟ ਸਮਵਨ ਉਹ ਸਾਰੇ ਹਮੇਸ਼ਾ ਜਿੱਦਾਂ ਦੇਖਦੇ ਆ ਕਮੇਟੀ ਵਾਲਿਆਂ ਨੂੰ ਵੀ ਕਹਿੰਦੇ ਆ ਜੀ ਤੁਸੀਂ ਆਪਣੇ ਗੁਰਦੁਆਰੇ ਕਹਿੰਦੇ ਇੱਕ ਦੂਜੇ ਪੱਗਾਂ ਲਾਉਣ ਲੱਗ ਪਏ ਨਾ ਇਹ ਵੀ ਥੋੜੀ ਸਲਾਹ ਵਾਸਤੇ ਰਿਕਾਰਡ ਰਹਿਣਾ ਸੋ ਨਾ ਹੀ ਲਾਓ ਤਾਂ ਚੰਗੀ ਗੱਲ ਕਰੀ ਬਾਬੇ Absolutely, it's true. Look, I think Snapchat became popular, it became very big. Got to get Snapchat's whole thinking behind it. I haven't got Snapchat, by the way. People always say, add me on Snapchat. And I said, look, I'm okay. I'm exhausted. Yeah, exactly. I mean, it's a full-time Too job. Too much going, Absolutely. Yeah. But, you know, the thing with Snapchat is it's almost like they say it can't be recorded. It disappears. It goes away. But if somebody turns around and records that moment that? Yeah. and then yeah. shares it, anything is possible. Yeah. Yeah. And it's Twitter. What about Twitter? Because that's become very popular now, isn't it? It's like addictive. I've been... main haje Twitter to bach gaya. ਥੋੜਾ ਬਹੁਤਾ ਕਰਦਾ ਥੈਂਕ ਗੋਡ ਫॉर दैट ਥੈਂਕ ਗੋਡ ਫॉर दैट ਨਹੀਂ ਹਾਂਜੀ ਮੇਰੇ ਲਈ ਤਾਂ ਟਵਿੱਟਰ ਜਿੱਦਾਂ ਮੈਨੂੰ ਬਹੁਤ ਐਡਿਕਟਿਵ ਆ ਜੇ ਸਾਹਮਣੇ ਉਹਦੀ ਫੀਡ ਆਉਂਦੀ ਆ ਜੇ ਸਾਹਮਣੇ ਤੁਸੀਂ ਡਿਫਰੈਂਟ ਡਿਫਰੈਂਟ ਬੰਦੇ ਦੇ ਪ੍ਰੋਫਾਈਲ ਦੇਖਦੇ ਪਰ ਇੰਟਰਸਟਿੰਗ ਗੱਲ ਟਵਿੱਟਰ ਦੀ ਆ ਕਿ ਜੇ ਕੋਈ ਤੁਹਾਨੂੰ ਇਫ ਯੂ ਪੁੱਟ ਸਮ ਵੀਜ਼ ਦੈਨ ਪੀਪਲ ਕੈਨ ਟ੍ਰੋਲ ਯੂ ਸੋ ਜਿੱਦਾਂ ਹੁਣ ਡੀਐਨ ਐਬਟ ਆ ਜਿਹੜੀ ਐਮਪੀ ਡਾਇਨ ਐਬਟ ਅਤੇ ਉਹ ਹਮੇਸ਼ਾ ਹਫ਼ਤੇ ਦੇ ਬਾਅਦ ਪਤਾ ਨਹੀਂ 100 ਕੰਪਲੇਂਟਾਂ ਹੁੰਦੀਆਂ 200 ਕੰਪਲੇਂਟਾਂ ਥਰੂ ਟਵਿੱਟਰ ਕਿਉਂਕਿ ਉਹਨੂੰ ਗਾਲਾਂ ਬਹੁਤ ਕੱਢਦੇ ਲੋਕ ਫਿਰ ਉਹ ਕੰਪਲੇਨ ਕਰਦੀ ਸੀ ਸ਼ਰਾਬ ਵੀ ਜਿਹੜੀ ਪੀਂਦੀ ਸੀ ਨਾ ਉਹ ਲੰਡਨ ਅੰਡਰਗਰਾਉਂਡ ਦੇ ਵਿੱਚ ਉਹ ਵੀ ਕਿਸੇ ਨੇ ਮੇਰੇ ਕੋਲ ਫੋਟੋ ਉਹਦੀ ਵੀਡੀਓ ਪਾ ਕੇ ਤਾਂ ਚਾੜਤੀ ਸੀ ਨਹੀਂ ਹਾਂਜੀ ਉਹ ਮਾਈਕਲ ਗੋ ਵਰਗੇ ਜਿੱਦਾਂ ਹੁਣ ਹੋਰ ਕੁਛ ਅੱਗੇ ਜਾਂਦੇ ਪਰ ਚਲੋ ਇੰਟਰਸਟਿੰਗ ਗੱਲ ਆ ਕਿ ਉੱਤੇ ਫਿਰ ਟ੍ਰੋਲਿੰਗ ਜਿਹੜੀ ਹੁੰਦੀ ਆ ਅਤੇ ਉਹ ਸਾਈਕੋਲੋਜੀਕਲੀ ਬਹੁਤ ਇੰਪੈਕਟ ਕਰਦੀ ਆ ਅਤੇ ਖਾਸ ਕਰਕੇ ਇੰਸਟੀਟਿਊਸ਼ਨਸ ਦੇ ਵਿੱਚ ਜਿਹੜੇ ਕੰਮ ਕਰਦੇ ਆ ਜਾਂ ਪ੍ਰੋਫੈਸ਼ਨਲਸ ਆ ਜਾਂ ਸਟੂਡੈਂਟਸ ਆ ਜਿਹੜੇ ਆਪਣੇ ਵਿਊਜ਼ ਰੱਖਦੇ ਆ ਉਹ ਤੋਂ ਬਾਅਦ ਜਿੱਦਾਂ ਟ੍ਰੋਲਿੰਗ ਹੁੰਦੀ ਆ ਕਿ ਇਟਸ ਨਾਟ ਗੁੱਡ ਫॉर द ਮੈਂਟਲ ਹੈਲਥ ਬੋਬੀ ਕੇਸ ਯੂ ਐਮਪਲੋਈ ਸਟਾਫ ਯਾ ਕਨੋ ਦੈਟ ਵਨ ਆਫ ਦ ਬਿਗ ਪ੍ਰੋਬਲਮਸ ਫॉर ਐਮਪਲੋਇਰਸ ਇਜ਼ ਐਕਚੁਅਲੀ ਕੀਪਿੰਗ ਦੇਅਰ ਸਟਾਫ ਅੰਡਰ ਕੰਟਰੋਲ ਦੈਟ ਯੂ ਨੋ ਦੇ ਗੈਟ ਡਿਸਟਰੈਕਟਡ ਬਾਈ ਸੋਸ਼ਲ ਮੀਡੀਆ ਟਵਿੱਟਰ ਇਟਸ ਲਾਈਕ ਆਲਮੋਸਟ ਲਾਈਕ ਐਨ ਐਡਿਕਸ਼ਨ ਯਾ ਹਾਊ ਡੂ ਵੀ ਡੂ ਦੈਟ ਯੂ ਨੋ ਬਿਕਾਜ਼ ਇਫ ਯੂ ਸਵਿਚ ਯੂ ਕੈਨਟ ਲੀ ਕਲੈਕਟ ਦੇਅਰ ਫੋਨਸ ਐਂਡ ਯੂ ਕੈਨਟ ਸਵਿਚ ਦੈਮ ਵਾਟ ਯੂ ਨੋ ਆਈ ਮੀਨ ਲਾਈਕ ਇਫ ਆਮ ਹੋਨੈਸਟ ਵਿਦ ਯੂ ਵੀ ਹੈਵ ਟੂ ਇਨਕਰੇਜ ਆਰ ਸਟਾਫ ਟੂ ਯੂਜ਼ ਸੋਸ਼ਲ ਮੀਡੀਆ ਯਾ ਵੀ ਇਨਕਰੇਜ ਦੈਮ ਕਿਉਂਕਿ ਸਾਡਾ ਸਾਰਾ ਬ੍ਰਾਂਡ ਦੈਟਸ ਹਾਊ ਯੂਰ ਬਿਜ਼ਨਸ ਐਗਜ਼ੈਕਟਲੀ ਇਟਸ ਗੋਇੰਗ ਟੂ ਗੋ ਵਿਦ ਦ ਫਲੋ ਯੂ ਹੈਵ ਟੂ ਗੋ ਵਿਦ ਦ ਫਲੋ ਮੈਂ ਤਾਂ ਉਹਨਾਂ ਨੂੰ ਕਹਿੰਦਾ ਆਈ ਹੈਵ ਅ ਲੋਟ ਆਫ ਪੀਪਲ ਦੈਟ ਜੁਆਇਨ ਮੀ ਦੈਟ ਸੇ ਬਾਬੀ ਆਈ ਡੋਨਟ ਆਈਵ ਕਮ ਆਫ ਫੇਸਬੁੱਕ ਬਿਕਾਜ਼ ਆਈ ਵਾਂਟ ਟੂ ਕੀਪ ਪ੍ਰਾਈਵੇਟ ਐਂਡ ਆਈ ਆਲਵੇਜ਼ ਸੇ ਬਟ ਦੈਨ ਮੇਕ ਅ ਫੇਕ ਅਕਾਊਂਟ because you need to be able to access and use the business account. So in a way, I'm going to encourage you to do that.
look, I know we're talking about negatives, but let me give you an idea. LinkedIn. Yeah. LinkedIn, de utte main 2 saal pehla apni profile banai si ki. And I always say to people, if you want to have a really good profile, like make it on LinkedIn because it's where you will get careers and prospects, opportunities. Yeah. And networking. Exactly. Yeah, yeah, exactly. Yeah. There's pros and cons. I mean, like, if your topic is about Niane, then Niane won't know about LinkedIn. LinkedIn, all the shuru hundi jado school, college, no Niana janda. So that's later on. But it's important. Social media is really good, and it's brilliant at what it does. And we've got information that's being shared like an electric speed, which was never possible before. I'll give you a good example. Hun assi the program kyunki badi mehnat karni pendi aa program jado karne aa chalo ajj ta sade do guest aa phir bhi mehnat karni pendi aa to kai vari jada zyada guest hunde aa topic research karni pendi aa haan ji par te yakeen karo jehda pehliyan ch shayad mainu hafta lagda siga kisi cheez nu organize karne haan ji main ghante ch kar denna with a handheld device. Yeah, it's easier now. So to there do are it, lots of advantages as well. Yeah. Nee, haan ji, we've become, everything's quicker now, isn't it? Nee, so got the resources. Haan ji, jada personally, mere liye, jada technology, especially mera jada pyar sikhi na vadhya, technology ne bahut important role play kita. ਕਿ ਮੈਂ ਜਦੋਂ ਮਸਕੀਨ ਜੀ ਦੀ ਕਥਾ ਸੁਣਨੀ ਫਿਰ ਮਹਾਰਾਜ ਦੀ ਵਿਆਖਿਆ ਸੁਣਨੀ ਫਿਰ ਉਹਦੇ ਨਾਲ ਮੇਰਾ ਮਹਾਰਾਜ ਨਾਲ ਲਿੰਕ ਬਹੁਤ ਬਣਿਆ ਈਵਨ ਹੁਣ ਜਿਹੜੀਆਂ ਮੇਰੀਆਂ ਐਪਸ ਆ ਲਾਈਵ ਕੀਰਤਨ ਫੋਰ ਹਰਿਮੰਦਰ ਸਾਹਿਬ ਉਹ ਇਦਾਂ ਲੱਗਦਾ ਕਿ ਹਾਂਜੀ ਦਰਬਾਰ ਸਾਹਿਬ ਦੇ ਵਿੱਚ ਹੀ ਮਹਾਰਾਜ ਦੀ ਇਟਸ ਨੋਟ ਅ ਗੁੱਡ ਇਨ ਇਟ ਯਾ ਦੈਟ ਯੂ ਕਿ ਬਹੁਤ ਇੰਟਰਸਟਿੰਗ ਆ ਕਿ ਸੋ ਦੈਟਸ ਅ ਗੁੱਡ ਵਨ ਯਾ ਜਿੱਦਾਂ ਹੁਣ ਸਹੀ ਗੁਰਬਾਣੀ ਕੋਈ ਪੜ੍ਹ ਰਿਹਾ ਤੁਹਾਨੂੰ ਸਮਝ ਨਹੀਂ ਪੈਂਦੀ ਹਾਂਜੀ ਨਾਲ ਹੀ ਐਕਚੁਅਲੀ ਤੁਸੀਂ ਖੋਜ ਕਰ ਸਕਦੇ ਤੁਸੀਂ ਚੈੱਕ ਕਰ ਸਕਦੇ ਵੀ ਕਿਸ ਤਰ੍ਹਾਂ ਕੀ ਹੈ ਸਹੀ ਆ ਕਿ ਨਹੀਂ ਆ ਕਿਦਾਂ ਕਿੱਧਰ ਨੂੰ ਜਾ ਰਿਹਾ ਜਾਂ ਨਹੀਂ ਅੱਜ ਕੱਲ ਇਦਾਂ ਹੀ ਆ ਜਦੋਂ ਹੁਕਮਨਾਮਾ ਸਾਹਿਬ ਆਉਂਦਾ ਆ ਮਹਾਰਾਜ ਦਾ ਤੇ ਮੇਰੇ ਵਰਗੇ ਮੈਂ ਹੋਰ ਕਿਸੇ ਨੂੰ ਤਾਂ ਕੁਝ ਕਹਿ ਨਹੀਂ ਸਕਦਾ ਮੇਰੇ ਵਰਗੇ ਫੋਨ ਕੱਢ ਲੈਂਦੇ ਆ ਫਿਰ ਬਾਹਰ ਦੇ ਜਿਹੜੇ ਮੈਂ ਕਿਹਾ ਤੇ ਉਹ ਸਮਝਣ ਲੱਗ ਪੈਂਦਾ ਸੀ ਜਿਹੜਾ ਬਾਣੀ ਦਾ ਸ਼ਬਦ ਆ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੱਗ ਤਾਂ ਮੈਂ ਕਹਿੰਦਾ ਵਾਕਿਆ ਆ ਜਿਹੜੇ ਹੈਂਡਹੈਲਡ ਡਿਵਾਈਸ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਰਾ ਸਾਡੇ ਕੋਲ ਹੈਗਾ ਔਰ ਮੈਂ ਸਮਝਦਾ ਵੀ ਆਪਾਂ ਨੂੰ ਕਿਸੇ ਪਖੰਡੀਆਂ ਕੋਲ ਕਿਸੇ ਬਾਬਿਆਂ ਕੋਲ ਕਿਸੇ ਬੰਦਿਆਂ ਕੋਲ ਮੇਰੇ ਵਰਗਿਆਂ ਕੋਲ ਨਹੀਂ ਜਾਣ ਦੀ ਲੋੜ ਤੁਹਾਡਾ ਗੁਰੂ ਤੁਹਾਡੇ ਨਾਲ ਆ ਬਿਲਕੁਲ ਵੀ ਡੋਨਟ ਨੀਡ ਵਿਚੋਲੇ ਨਹੀਂ ਵੀ ਡੋਨਟ ਨੀਡ ਵਿਚੋਲੇ ਬਟ ਲੈਟ ਮੀ ਟੈਲ ਯੂ ਬਾਈ ਸਮ ਮੇਡ ਅ ਰੀਲੀ ਗੁੱਡ ਪੁਆਇੰਟ ਵਿਦਆਊਟ ਅ ਫੋਨ ਆਈਡ ਬੀ ਲੋਸਟ ਆਈ ਮੀਨ ਲਾਈਕ ਮਾਈ ਫੋਨ is helping me keep my rate mariyada. So jadon main netnam karda reh rasta karda my phone is critical. I'm thinking to myself, je 10 20 saal pehla honda, it's become a part of me. And you know what would I do without it? So it's always there. And you know what, jinane change jijale bartana o chingi cheez thanu dinda, jinane marele bartana o bhi ab tere. You talked about the dark side of the web. I don't know what it is, and I have no idea. Kya kya pata hai dark side, pedophile, exactly, criminals, terrorists, you name it, they're all there. I say fraudsters, 100%. I say, look, you know, the phone is very personal to you. As we came apne designer nu apna phone ditta siga, and I said, look, ede vich 100,000 photos are 100,000. Agar jehdi bhi bartni bartla, agar use anyone. He goes, Bobby, it's your phone. You sure you want me to go through it? Well, that's and I said, it's not your private. I said, jehdi cheez tenu changi lagi, dekhi jal, jehdi mari lagi, ignore it. So he went through 100,000 photos. No, but that's good. You had that sort of trust with him. But the thing is, jadon tusi guru wale bane ya, you have nothing to hide anyway. Philosophically, it's impossible to ignore something because you have to see it. Yeah. You can't ignore it because you've seen it. I haven't got a problem. It's his problem. You know, karke problem pe odi pendiya. He's seen something. Obviously, I've got to ask myself, if you do things, then your phone will show that you do things. But you live in such a way that you always have your guru ang sang. So it doesn't matter. Like, they so I just want, sorry. I just want to tell the viewers, apan aaj jada one show hega, sade kol do experts hege ya. Oh hega social media revolution. ਜਿਹਨੂੰ ਆਪਾਂ ਇਹਦੇ ਵਿੱਚ ਮੋਬਾਈਲ ਫੋਨਸ ਵੀ ਕਹਿ ਸਕਦੇ ਹਾਂ, ਇੰਟਰਨੈਟ ਸਭ ਕੁਛ ਹੀ ਆ ਜਾਂਦਾ ਵਿੱਚ, ਅਤੇ ਆਪਾਂ ਕੀ ਇਹਦੇ ਵਿੱਚੋਂ ਸਾਨੂੰ ਫਾਇਦੇ ਕੀ ਆ, ਐਡਵਾਂਟੇਜਸ ਕੀ ਮਿਲ ਰਿਹਾ, ਤਾਂ ਇਹਦੇ ਡੇਂਜਰਸ ਹੀ ਹੈਗੇ ਜਿਹਨਾਂ ਕਿ ਪਲੋਸਿਸ ਐਂਡ ਮਾਈਨਸਿਸ. ਤਾਂ ਆਪਾਂ ਬ੍ਰੇਕ ਤੋਂ ਬਾਅਦ ਕੋਲਸ ਵੀ ਲਉਂਗੇ ਤਾਂ ਤੁਸੀਂ ਆਪ ਵੀ ਕੁਐਸਚਨ ਪਾ ਸਕਦੇ ਹਾਂ ਜਾਂ ਤੁਸੀਂ ਵੀ ਓਪੀਨੀਅਨ ਦੇ ਸਕਦੇ ਹਾਂ. ਤਾਂ ਇੱਕ ਹੋਰ ਮੈਂ ਗੱਲ ਕਰਨੀ ਆ ਕੈਮਰੇ ਆ ਜਿਹੜੇ ਬੱਬੀ ਦੀ ਪਾਰਟੀ ਜੀ ਨੇ ਆਏ ਨਾ ਸਮਝ ਵਿਖ ਰਹੇ ਨੇ ਕਿ ਟ੍ਰੈਂਡ ਸੈਕਿੰਡ ਹੈਂਡ ਤੋਂ ਲਿਆਂਦੀ ਆ ਟ੍ਰੈਂਡ ਇਹਦੇ ਵਾਸਤੇ ਇਟਸ ਅ ਲੇਟੈਸਟ ਫੈਸ਼ਨ ਇਟਸ ਅ ਲੇਟੈਸਟ ਫੈਸ਼ਨ ਆਈ ਮੀਨ
ਉਹ ਵੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਸੀਗੀ ਸੋ ਮੈਂ ਫਾਲੋ ਕਰਿਆ ਸੋ ਤੋਂ ਜ਼ਿਆਦਾ ਲਾਇਆ ਇਹ ਚੀਜ਼ ਵਾਸਤੇ ਸੋ ਇਟਸ ਅਪਸਾਈਡ ਡਾਊਨ ਵਰਲਡ ਵਿਦ ਇਨ ਅਪਸਾਈਡ ਡਾਊਨ ਆਈ ਵਾਸ ਟੋਲਡ ਬੋਬੀ ਜਿੰਦਾ ਸਿੰਘ ਖਾਲਸੇ ਪੱਟੀ ਜੀਨ ਜੂਨ ਨਹੀਂ ਪਾਉਂਦੇ ਅਗਰ ਪਲੀਜ਼ ਮੈਨੂੰ ਬਖਸ਼ ਦੇਵੋ ਆਈ ਡੋ ਯੂ ਨੋ ਆਪ ਵੀ ਪੱਟੀ ਨਾਲ ਆਪਾਂ ਅਪੀਲ ਸ਼ੋ ਕਰਦੇ ਬੋਬੀ ਦੀ ਇੱਕ ਲੋ ਇਹ ਅਪੀਲ ਸ਼ੋ ਚੱਲ ਪਿਆ ਯੂ ਨੋ ਡੋਨੇ ਫॉर ਬੋਬੀ ਬੋਬੀ You're a parent. You got three children? Yeah. And they're different, three of them are different. Six, five and one. Age groups, yeah. Right. So do you teach them about social media? Are they on social media? No. So tell us a bit about nothing. That. Nothing. So they haven't been exposed to anything like that? Nothing. But do they ever come to you? And they want an iPad. Right. So they want my daughter, Amrita Vella, she wants a laptop. Oh, wow. Yeah, okay. So she wants a laptop. But we're like, no. They're not. But don't they get disappointed? Or? Well, Amrita Vella picks up my phone and knows my security code. Oh, so really? She goes in and she starts watching YouTube, starts watching cartoons. So where does the guidelines start from there then? Easy. Well, it's down to me to turn around and say, please put that down, let's talk. Yeah. The most important thing is you've got to talk to your kids. The issue that we've got is if aap nahi una wal dekhiye jab dhyan deye then fir ta gall sokhi rahegi iPhone iPad television chaki dekhi jabo if je aap unna nu is cheez de vich rakhna we can do it 2 minute lagde ya. Do you have a time limit with them or that they can go on? No, they're not allowed to go on. If I'm honest with you, outside the koshish hai, we don't want to give them, we don't want to on television dekh this because they're watching cartoons jab unna nu shademika call channel dekho deri on laga ta. Oh yeah, the comments said that. 100%. Yeah, why not? Wait till that, yeah. Hello. Hi guys. It's Dogan Laya. Jasper, you can come in now. Hanji. Ek ta hegi ya we use social media handle as an excuse not to interact with each other. ਇਹ ਵੀ ਡੇਂਜਰ ਹੈ ਨਾ ਵੀ ਮਾਂ ਬਾਪ ਆਪਣੇ ਫੋਨ ਤੇ ਬੱਚੇ ਨੂੰ ਬੱਚੇ ਤੁਸੀਂ ਆਪਣੇ ਇਟਸ ਲਾਈਕ ਐਨ ਐਕਸਕਿਊਜ਼ ਪਰ ਦੀ ਟੈਲੀਵਿਜ਼ਨ ਵੀ ਦਾ ਯੂਜ਼ ਕਰਦੇ ਹਾਂ ਨਾ ਇਟਸ ਟੂ ਸ਼ਟ ਦਮ ਅਪ ਐਸ ਵੈਲ ਇਨ ਅ ਵੇ ਇਟ ਇਸ ਬਿਕਾਜ਼ ਦੇ ਆਨਟ ਗਾਟ ਟਾਈਮ ਫॉर ਦਮ ਮੇਬੀ ਯਾ ਦੈਟ ਕ੍ਰੀਏਟਸ ਪੈਸਿਵਿਟੀ ਯਾ ਇਟ ਇਸ ਦੈਟਸ ਵਨ ਇਸ਼ੂ ਹਾਂਜੀ ਦੀ ਅਦਰ ਇਸ਼ੂ ਇਜ਼ ਟ੍ਰੇਨਿੰਗ ਦੈਮ ਟੂ ਯੂਜ਼ ਥਿਸ ਰਿਸਪੋਨਸਿਬਿਲਟੀ ਐਗਜ਼ੈਕਟਲੀ ਦੈਟਸ ਅ ਦੈਰਸ ਅ ਡਿਫਰੈਂਸ ਬਟ ਇਫ ਯੂ ਡੋਨਟ ਅਲਾਉ ਦਮ ਟੂ ਯੂਜ਼ ਇਟ ਇਟਸ ਅ ਬਿਟ ਲਾਈਕ ਸੇਇੰਗ ਆਮ ਨਾਟ ਗੋਇੰਗ ਟੂ ਲੈਟ ਯੂ ਗੋ ਆਊਟਸਾਈਡ ਬਿਕਾਜ਼ ਇਟਸ ਡੇਂਜਰਸ ਹਾਂਜੀ ਆਲਟੀਮੇਟਲੀ ਯੂ ਹੈਵ ਟੂ ਲੈਟ ਦਮ ਨੋ ਟੂ ਲਰਨ ਦ ਡੇਂਜਰਸ ਐਂਡ ਐਗਜ਼ੈਕਟਲੀ ਨਹੀਂ ਹਾਂਜੀ ਡੈਫੀਨਿਟਲੀ ਇਹਦਾ ਜਿੱਦਾਂ ਕਹਿੰਦੇ ਸਿੰਪਟਮ ਤੁਸੀਂ ਯੂਨੀਵਰਸਿਟੀ ਸਟੂਡੈਂਟਸ ਵਿੱਚ ਦੇਖ ਸਕਦੇ ਆ ਕਿ ਕਈ ਯੂਨੀਵਰਸਿਟੀ ਸਟੂਡੈਂਟਸ ਇੰਨੇ ਜਿੱਦਾਂ ਅੰਦਰੋਂ ਡਰੇ ਹੁੰਦੇ ਆ ਕਿ ਉਹ ਸਾਹਮਣੇ ਨਹੀਂ ਗੱਲ ਕਰਦੇ ਉਹਨਾਂ ਤੁਹਾਨੂੰ ਮੈਸੇਜ ਅਗਰ ਪਿਕਚਰ ਕਰੋਗੇ ਗੱਲ ਕਿ ਮਿਸਲ ਤੇ ਵੀ ਇਫੈਕਟ ਪੈਂਦਾ ਉਹੀ ਜਿੱਦਾਂ ਕਹਿੰਦੇ ਕਿ ਮੈਸੇਜ ਬਾਅਦ ਚ ਕਰਦੇ ਆ ਕਿ ਇਹੀ ਇੰਟਰਸਟਿੰਗ ਗੱਲ ਕਿ ਪੇਰੈਂਟਸ ਨੂੰ ਇਦਾਂ ਕਿ ਉਹਨੇ ਸਮਝਾਉਣਾ ਪੈਣਾ ਬੱਚਿਆਂ ਨੂੰ ਕਿ ਹਾਂ ਵੀ ਆਹ ਚੰਗੀਆਂ ਚੀਜ਼ਾਂ ਆ ਫਸਟ ਆਫ ਆਲ ਕਿ ਆਪ ਐਗਜ਼ਾਮਪਲ ਬਣਨਾ ਪੈਣਾ ਆ ਉਹਨੇ ਸਾਹਮਣੇ ਹੈ ਨਾ ਕਿ ਜਿੱਦਾਂ ਸਾਰਾ ਕੁਝ ਯੂਜ਼ ਕਰਨਾ ਖਾਸ ਕਰੀ ਜਦੋਂ ਹੁਣ ਇੰਟਰਸਟਿੰਗ ਇੱਕ ਹੋਰ ਮੈਂ ਨਿਊਜ਼ ਪੜ੍ਹਦਾ ਪਿਆ ਸੀ ਕਹਿੰਦੇ ਕਿ ਜੇ ਤੁਸੀਂ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਦੇਖਦੇ ਆ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੇਖਦੇ ਆ ਉਹ ਤੁਹਾਡੇ ਬ੍ਰੇਨ ਲਈ ਚੰਗਾ ਨਹੀਂ ਆ ਤੇ ਕਿਉਂਕਿ ਤੁਹਾਡਾ ਉਹ ਚੰਗੀ ਤਰ੍ਹਾਂ ਤੁਸੀਂ ਸਵੇਰੇ ਆਪਣੀ ਸਟਾਰਟ ਚੰਗੀ ਤਰ੍ਹਾਂ ਨਹੀਂ ਕਰਦੇ ਫਿਰ ਆਉਣ ਸੌਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਹੀਂ ਕਰਦੇ ਇਹ ਸਟੂਡੈਂਟ ਸੌਣ ਨੇ ਠੀਕ ਹੈ ਕਿਉਂਕਿ ਮੈਨੂੰ ਈਮੇਲਸ ਬਹੁਤ ਹੁੰਦੇ ਕੰਮ ਸਟੂਡੈਂਟਸ ਐਸ ਵੈਲ ਔਰ ਕਹਿੰਦੀ ਹੁੰਦੀ ਹੈ ਵੀ ਤੂੰ ਹੁਣ ਕੰਮ ਤੋਂ ਆ ਗਿਆ ਇਹਨੂੰ ਰਹਿਣ ਦੇ ਨਹੀਂ ਵਧੀਆ ਸੁਣਦੇ ਨਾ ਆਈ ਵਾਸ ਸੇਇੰਗ ਯੂ ਸ਼ੁਡ ਹੈਵ ਅ ਬਿਟ ਆਫ ਬ੍ਰੇਕ ਬਈ ਹੁਣ ਮੈਂ ਮੇਲ ਕਰਦਾ ਮਤਲਬ ਫਿਰ ਮੈਨੂੰ ਕੱਲ ਨੂੰ ਨਾ ਮੁਸੀਬਤ ਹੋਊਗੀ ਪਰ ਮੈਂ ਵੀ ਸਾਰੀ ਰਾਤ ਹੀ ਉਹ ਜਿਹੜੇ ਇਫ ਯੂ ਗੈਟ ਸਮ ਡੋਟ ਰੀਲੀ ਡਿਫਿਕਲਟ ਇਸ਼ੂਸ ਦੈਨ ਯੂ ਹੈਵ ਟੂ You can't sleep. You can't, through the night you have sleepless nights. Yeah, I understand that. To just switch off. How do you switch off? Yeah. Look, the truth is, I've always, ਜਦੋਂ ਆਪਾਂ ਆਹ ਕੰਪਨੀ ਬਣਾਈ ਜਾਂ ਬ੍ਰਾਂਡ ਬਣਾਇਆ ਯੂ ਕਾਂਟ ਸਵਿਚ ਆਫ ਆਪਾਂ ਸਰਵਿਸ ਡਿਲੀਵਰ ਕੀਤੀ ਆ ਦੇ ਸੇ ਇਟਸ ਬ੍ਰਿਲੀਅੰਟ ਜਦੋਂ ਤੁਸੀਂ ਵਧੀਆ ਕਮਿਊਨੀਕੇਸ਼ਨ ਦਿੰਦੇ ਆ ਔਨ ਟਾਈਮ ਜਿੰਦਾ ਤੁਸੀਂ ਹੁਣ ਕਿਹਾ ਯੂ ਕੈਨ ਰਿਸਪੋਂਡ ਬੈਕ ਇਨ 5-10 ਮਿੰਟਸ ਨਾਲੇ ਲੋਕ ਕਹਿੰਦੇ ਆ ਓ ਮਾਈ ਗੋਡ ਥੈਂਕ ਯੂ ਵੈਰੀ ਮੱਚ ਯੂ ਨੋ ਯੂ ਆਰ ਯੂ ਓਨ 24/7 Well, let's be honest. I'm on 24/7 times two. Like, Jamie, it's on the side of the side. I've got, and look, I'll show you. And I thought I was being smart here. My opening wife, Nuki, I said, 1 year ago, I'm going to have my two phone rakhne. So one for the family, like no, your wife? No. Oh, okay. I'll tell you what, it's basically, you can now respond and use two, so you can do WhatsApp on one. And email on the other. The thing is, you know, what happens is I thought I was being smart, got to give one battery always dies. Then you've got the other one. But then I want to step off. On Mekenda, I want to step off. Yeah. I can't step off because I've become used to it. Oh, right. So, you got, it's like you conditioned yourself to it. The training should be
coming down, not going up. Unfortunately, we think main socha do phone leke life would be easier, but life dugni trigni tej hogi, so it gets faster and faster. Jinni tej karni tusi kar sakde ya, but you can but slow it down as my well. My wife regrets one thing. Yeah. 2013, when BlackBerry revolution was going on. BlackBerry. Bobby, we've got to go for a break. Yeah. I've just been told that we're overrunning at the moment. Okay. So, asi break wal janne ha. Break to baad isi tarah judunge, tab tusi calls bhi kar sakde ha. Issue bahut interesting hai, bahut topic hai. So, break to baad judunge ji. Waheguru ji ka khalsa. Waheguru ji ki fateh. Akaal channel nu subscribe karo. Navi videos di notification de layi bell icon nu click karna na bhulna. Waheguru ji ki fateh. Welcome back to one show where we're discussing social media. Aaj de show de vich we've got Bobby and Jaspreet to talk about the dangers and the advantages of social media. Ek research kiti gayi si, Professor Susan Greenfield from Oxford University. She's a neuroscientist. Ta unhone research kiti si ki bhi jehde ajkal jidda screen de naal interaction, kyunki aksar social media screen de naal bahut interaction hai, kyunki eh bhi research kiti gayi bhi ajkal loki ek dooje naal ghat interact face to face hai te oh screen de naal zyada interaction hai aur kai 17 ghante ਅਜੇ ਅਸੀਂ ਗੇਮਰਸ ਦੀ ਗੱਲ ਕੀਤੀ ਜਿਹੜੇ ਗੇਮ ਕਰਦੇ ਆ ਉਹਦਾ 24 ਘੰਟੇ ਵੀ ਲੱਗੇ ਆ ਬਸ ਸ਼ੀ ਸੈਟ ਵਾਸ ਜਦੋਂ ਬਚਪਨ ਚ ਇਹ ਇੰਟਰੈਕਸ਼ਨ ਹੋਵੇ ਕਿਉਂਕਿ ਬੱਚੇ ਕਿਉਂਕਿ ਉਦੋਂ ਬ੍ਰੇਨ ਡਿਵੈਲਪ ਹੁੰਦੀ ਆ ਸ਼ੀ ਸੈਟ ਵਾਟ ਹੈਪਨਸ ਇਜ਼ ਦੈਟ ਉਹ ਜਿਹੜੇ ਨਿਊਰੋਨਸ ਬਣਦੇ ਆ ਡਿਵੈਲਪ ਹੁੰਦੇ ਨਾ ਲਿਟਰਲੀ ਚਿਲਡਰਨ ਹੂ ਆਰ ਔਨ ਸਕਰੀਨਸ ਰਾਦਰ ਦੈਨ ਵਿਦ ਹਿਊਮਨ ਕੰਟੈਕਟ ਦੇਅਰ ਬ੍ਰੇਨ ਡਿਵੈਲਪਸ ਡਿਫਰੈਂਟਲੀ And she said that what happens is that we develop what's called a kind of a hypertext brain. Yeah. That means that thoda jara attention span ya oh bokat ho janda. And jitna tusi addiction mein keh sakde ha ja tusi keh sakde thodi brain hi da wire ho gayi ha bhi tusi kise bhi cheez te ek ja do minta to zyada attention nahi kar sakde tonu jitna andar de vich na oh urge aa jandi ve main tap kivein hor kuch karan. Exactly. Because for proper relationships, you need to sustain time. You need to be able to suspend your own reactions. You have to listen. You have to connect emotionally. Yeah. So there are these issues as well. Yeah. So tusi calls bhi kar sakde ha. Hanji. So tusi addiction di gal kiti, Bobby. Do you think we got addiction to social media? What is it? Let's be honest. Are we really addicted to it? I'll hold my hand up. Yeah. Yeah. I'll hold my hand up. I hold my hand up. Well, obviously, sorry, I'm here. Yeah. I think like. I think I might be less than you guys. She tells me about Had to tell him off. I say when my grandchildren come switch and I say please off. Switch you off and have some connection, have some you know, I think I think pehli gal ta hai ki je thode andar feeling ga ha you know aki mein bakwas dekhi janda because let's face it bakwasia 99% is bakwas. So when I go through Facebook or anything, I'm going to be honest, I'm going to be truthful here. It's crap. It's all rubbish. Most of it is recycled. Yeah. And the reason why it's rubbish, I have no interest in anybody else's life. Yeah. So the apni zindagi ni tej. Exactly. Exactly. Yeah. So I use what I use for my brand and my business. Je brand and ali business, nahi hunda, I'll shut it down tomorrow. But what about all this liking? Because I know that some people get a thrill out of likes. I don't know. It's like when they have a selfie picture. Yeah, I think when people have selfie picture and they're waiting for the likes, I suppose. Like and when they, yeah, I mean, when they do have likes, let's say or more, they get picked or bullied by how they look. You know, it's not like teenagers, for example. The students they watch, especially the 100 bache, one of the bache, very jada ya. Students, online jadi identity jo dekha jave personally in my opinion kadi kadi idda ho jandi ke fake ji identity ban jandi ha ki tadi ek identity hai jadi online exist kardi ha separate yeah and then schizophrenia then you feed split personality feed into it ke hanji oh ye bhi hai gal jo selfie ka de filters bhi hunde mainu nahi pata I don't know nothing about that par natural jehda tade looks hunde oh ta natural hunde par filter bhi social media te ta koi bahut bada yodha bahadur ha six pack You know, to make them look, like handsome or beautiful, they filter them, don't they? I don't know, I've heard about this. I met the Celtic lady, she was on an aeroplane with me in South America, and she was sitting next to me.
ਦੋ ਘੰਟੇ ਦਾ ਜਹਾਜ਼ ਫਲਾਈਟ ਸੀਗੀ 1 hour ਇੱਕ ਫੋਟੋ ਦੇ ਉੱਤੇ ਫਿਲਟਰਿੰਗ ਕਲੀਨਿੰਗ ਆਪਣੀ ਸਫਾਈ ਕਰੀ ਗਈ ਫੋਟੋ ਦੇ ਉੱਤੇ ਮੈਂ ਦੇਖੀ ਗਿਆ ਮੈਂ ਦੇਖੀ ਗਿਆ ਨਾਲ ਮੈਂ ਆਪਣੇ ਆਪ ਨੂੰ ਅੱਜ ਤੋਂ ਉੱਚ ਬਸ ਆਫ ਤੋਂ ਫੋਟੋਗ੍ਰਾਫਿਕ ਸਟੂਡੀਓ ਹੁੰਦੀ ਸੀ ਪਹਿਲੀਆਂ ਚ ਕਿਉਂਕਿ ਲੋਕੀ ਜਾ ਕੇ ਖਿਚਾਉਂਦੇ ਸੀਗੇ ਦੇ ਯੂਜ਼ ਟੂ ਫੋਟੋ ਸ਼ਾਪਿੰਗ ਸੋ ਦੇ ਦੇ ਮੇਕ ਇਟ ਮਚ ਫੇਅਰ ਸਕਿਨ ਓ ਜਦੋਂ ਰੈਸਟੇ ਵੀ ਹੁੰਦੇ ਸੀਗੇ ਦੇ ਯੂਜ਼ ਟੂ ਡੂ ਦਾ ਦੇ ਮਿਸਟਰ ਮੇਕ ਥਮ ਫੇਅਰ ਉਹਨਾਂ ਦੇ ਰੰਗ ਚਿੱਟੇ ਕਰ ਦਿੰਦੇ ਸੀਗੇ ਉੱਤੇ ਇੱਕ ਪਰਟੀਕੁਲਰ ਜਿੱਦਾਂ ਕਹਿ ਲਓ ਜੇ ਤੁਸੀਂ ਗੋਰੇ ਲੱਗਦੇ ਆ ਜੇ ਤੁਹਾਡੇ ਵਾਲ ਸਿੱਧੇ ਆ ਵੈਸਟਰਨ ਜੇ ਆ ਕੱਪੜੇ ਵੈਸਟਰਨ ਪਾਏ ਤਾਂ ਤੁਹਾਨੂੰ ਜ਼ਿਆਦਾ ਲਾਈਕਸ ਮਿਲੂਗੇ ਕਹਿਣ ਦਾ ਭਾਵ ਕਿ ਉਹ ਇੱਕ ਪਰਸਨੈਲਿਟੀ ਆਨਲਾਈਨ ਕ੍ਰੀਏਟ ਹੋਈ ਆ ਅਤੇ ਉਹੀ ਚੀਜ਼ਾਂ ਸਾਰੀਆਂ ਫੀਡ ਕਰਦੀਆਂ ਸੋਸ਼ਲ ਮੀਡੀਆ ਨੂੰ ਗੱਲ ਇਹ ਕਿ ਜੇ ਅਸੀਂ ਰੂਹਾਨੀ ਤੌਰ 'ਤੇ ਜਾਂ ਫਿਰ ਇੰਟਲੈਕਚੁਅਲੀ ਅਸੀਂ ਜਾਗਰੂਕ ਨਹੀਂ ਫੋਰ ਐਗਜ਼ਾਮਪਲ ਫੋਟੋਜ਼ ਆ ਮਾਰੇ ਤਾਂ ਕਹਿੰਦੇ ਇੱਕ ਹਿਸਾਬ ਦਾ ਫੋਟੋ ਬੁੱਤ ਪ੍ਰਸਤੀ ਬਹੁਤੀ ਹੋ ਗਈ ਹੈ ਨਾ ਕਿ ਅਸੀਂ ਅਵੇਅਰ ਹੋਣਾ ਚਾਹੀਦਾ ਹੈ ਕਿ ਹਾਂ ਵੀ ਆਪਣੇ ਆਪ ਨਾਲ ਇੰਨੇ ਅਟੈਚ ਨਾ ਹੋਈਏ ਕਿ ਇੱਕ ਦਿਨ ਜੇ ਮੇਰਾ ਸੋਸ਼ਲ ਮੀਡੀਆ ਕਿਸੇ ਨੇ ਬੰਦ ਕਰਤਾ ਜੇ ਮੇਰਾ ਫੋਨ ਗਵਾਚ ਗਿਆ ਤੇ ਕੀ ਬਣਦਾ ਪਰ ਇਹ ਚ ਇਹ ਵੀ ਗੱਲ ਹੈਗੀ ਆ ਪਰ ਇਹਦੀ ਆਪੋਜ਼ਿਟ ਵੀ ਹੈਗੀ ਆ ਜਿੱਦਾਂ ਬੱਬੀ ਨੇ ਆ ਹਾਂਜੀ ਬੋਡੀ ਬੱਬੀ ਨੇ ਆਪਣੀ ਜਿਹੜੀ ਇਮੇਜ ਆ ਹਾਂਜੀ ਤਿਆਰ ਬਰ ਤਿਆਰ ਇਮੇਜ ਉਹਨੂੰ ਵੀ ਇੱਕ ਪੋਪੂਲਰਾਈਜ਼ ਕਰਤਾ ਆਮ ਨਾਟ ਗੋਇੰ ਟੂ ਯੂਜ਼ ਦ ਵਰਡਸ ਅਦਰ ਵਰਡਸ ਬੱਬੀ ਮੈਂ ਸੋ ਯੂ ਡੂ ਫਾਈਂਡ ਆਨ ਸੋਸ਼ਲ ਮੀਡੀਆ ਬੱਬੀ ਵੈਨ ਆਈ ਸੋ ਯੂ ਫਰਸਟ ਟਾਈਮ first time ulo tu media chini isme rakha gaya hona and I we were going on the motorway and I say hey look at that Singh I've never seen a Singh's photo with the mulla and the dari pragash and yeah, you know yeah. and I thought wow you know yeah. and he had his series and I thought so you yeah. can't be I was quite you so know I thought that was really good on the motorway yeah. what yeah. seeing your but I didn't even know you then you can't be disruptive you know? Can't you yeah. Yeah. there is power to disrupt yeah. look if you look carefully I've got one white hair in my parvata here yeah, yeah. You can photoshop that don't worry no no this was my point you know what part photo khichi sigi but it's nice to be said, just natural yeah. Right. Yeah, yeah, yeah. just be I'm yourself like, it's natural yeah. this yeah. is yeah. my baby like you don't have to cover anything 100% yeah. and this is gonna sound really crazy yeah. but all photo la ditti no photoshopping no nothing and menu ke you look on a kelsa but why don't you clean it tweak it no. make yeah. it more beautiful because it would be you okay Oh, la gi la diti. Then about 6 months ago, there's a magazine, I bought the top end magazine, I tip, our Indian magazine. Yeah. And I forgot the name, a bit like Vogue. Oh, yeah. I forgot the name. No. This is, I don't know what this is. Yeah. I can't think of what it is. Maybe it's for Asiana. 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 I've never heard of it. So Asiana, don't mention it again. Oh, yeah. They said thank you very much. They go, we want to put you in the magazine. Yeah. And one of the team ne menu photo page. They go, je apa lai, it's going to look like this. Yeah. I opened the photo, and I promise you, mera unane kam othe hi band kar dena siga. Unane mere parvate kitte trimmed my everything was perfect. Oh, jinda, the photo look for Khalsa. For a Khalsa, it was mortifying what they'd done. Yeah. And when I explained to them, I said, I'm sorry, you can't do this. If that was shit, it would have been awful. What they don't understand is we are beautiful in our original form. And people appreciate that, don't they? Yeah. Chalo, apne na call, Jorgi, let's take the call. Waheguru Ji ka Khalsa. Sir, Waheguru Ji ki Fateh. Waheguru Ji ki Fateh. Haan Ji, Pai Sir, Swagat Thoda, Nadar Swata, kitho karte ko? ਕਿੱਥੋਂ ਗੱਲ ਕਰ ਰਹੇ ਆ God.
ਨਹੀਂ ਸਾਡਾ ਵੀ ਇੱਦਾਂ ਆ ਭਾਜੀ ਬਟ ਇਹਦੇ ਚ ਚੰਗੀ ਗੱਲ ਵੀ ਆ ਪਰ ਇਟਸ ਅ ਗੁੱਡ ਥਿੰਗ ਟਰੈਕਿੰਗ ਬਿਕੋਜ਼ like you can track your children maybe on yeah that's Manjita, iPhone she knows exactly where I am any one moment I know where she is and also in a company you can track your employees because if you can see all your employees in the canteen all the time discussing about like haan ji india de vich journalist pya oh matlab ke telka de naal oh kaam karde si ha na haan ji ਉਹ ਜਿਹੜੀ ਹੈਗੀ ਆ ਨਾ ਮਤਲਬ ਕਿ ਹਿਊਮਨ ਰਾਈਟਸ ਦੇ ਵੀ ਕੰਮ ਕਰਦੀ ਆ ਯਾ ਐਂਡ ਉਹ ਤੁਸੀਂ ਬਲੀਵ ਨਹੀਂ ਕਰੋਗੇ ਮਤਲਬ ਕਿ ਜਿਹੜੀਆਂ ਉਹਦੇ ਵੀ ਮਤਲਬ ਕਿ ਜਿਹੜੀ ਹੈਗੀ ਆ ਯੂਟਿਊਬ ਤੇ ਜਿਹੜੀਆਂ ਹੈਗੀਆਂ ਆ ਮਤਲਬ ਕਿ ਬੀਜੇਪੀ ਇੰਨਾ ਮਤਲਬ ਕਿ ਉਹ ਗੰਦ ਮਤਲਬ ਕਿ ਲਿਖਦੇ ਆ ਉਹਦੇ ਬਾਰੇ ਗੰਦ ਲਿਖਦੇ ਆ ਇੰਨੀਆਂ ਅਬਿਊਸਿਵ ਲੈਂਗੁਏਜ ਉੱਤੇ ਲਿਖਦੇ ਆ ਮਤਲਬ ਕਿ ਅਰਦਾਸਾਂ ਕਰਦੇ ਸੀ ਸਾਨੂੰ ਮੀਡੀਆ ਮਿਲੇ ਜਦੋਂ ਸਾਡੇ ਕੋਈ ਮੀਡੀਆ ਹੈ ਨੀ ਸੀਗਾ ਕੋਈ ਸੋਸ਼ਲ ਮੀਡੀਆ ਨਹੀਂ ਸੀ ਸੰਤਾਂ ਦੀ ਗੱਲ ਕਰਦੇ ਨਾ ਉਦੋਂ ਤਾਂ ਰੇਡੀਓ ਸਟੇਸ਼ਨ ਮੰਗਿਆ ਜਾਂਦਾ ਸੀ ਪਰ ਹੁਣ ਸਾਡੇ ਕੋਲ ਯੂਕੇ ਦੇ ਵਿੱਚ 4-5 ਸਾਡੇ ਕੋਲ ਟੀਵੀ ਚੈਨਲਸ ਹੈਗੀਆਂ ਗੰਦ ਵੀ ਬਹੁਤ ਆ ਗਿਆ ਇਟਸ ਲਾਈਕ ਵਾਈਲਡ ਵੈਸਟ ਨਾਓ ਯੂ ਕੈਨ ਇਨਸਲਟ ਮੀ ਆਈ ਕੈਨ ਇਨਸਲਟ ਯੂ ਫੇਕ ਆਈਡੀਜ਼ ਜਥੇਬੰਦੀਜ਼ ਕੋਈ ਫਰੀ ਈਚ ਅਦਰ ਇਟਸ ਅ ਵਾਈਲਡ ਵੈਸਟ ਇਟਸ ਆਫਲ ਇਟਸ ਰੀਅਲੀ ਬੈਡ ਔਨ ਦ ਇੰਪੈਕਟ ਜਿਹੜਾ ਇੰਪੈਕਟ ਆ ਲਾਈਕ ਸਾਡੇ ਉੱਤੇ ਤਾਂ ਨਹੀਂ ਹੋਣਾ ਕਰਕੇ ਆਪਾਂ ਗੁਰੂ ਦੇ ਬਣੇ ਆ ਸਾਡੇ ਵਿੱਚ ਕੋਈ ਵਿਚੋਲਾ ਆਉਣ ਨਹੀਂ ਲੱਗਾ ਜਿਹੜੇ ਨਿਆਣੇ ਆ ਬਟ ਦ ਥਿੰਗ ਇਜ਼ ਲੁੱਕ ਸਾਨੂੰ ਤਾਂ ਪਹਿਲਾਂ ਨਿਆਣੇ ਕਹਿੰਦੇ ਆ ਯੂ ਨੋ ਯੂ ਕਾਂਟ ਸੋਰਟ ਯੂਰ ਓਨ ਹਾਊਸ ਤੁਸੀਂ ਸਾਨੂੰ ਕਹਿੰਦੇ ਸਿੱਖੀ ਦੇ ਵਿੱਚ ਆਵੋ ਸੋ ਵਾਟ ਹੈਪਨਸ ਇਜ਼ ਇਟਸ ਆਫਲ ਬਿਕਾਜ਼ ਵਟਸਐਪ is more viral than anything because whatsapp de vich ta sare aj hero bane aa jadon koi cheez changi page da odo sare kehnde yaar mera time kharab kita ede vich mainu milya kiya par jadon tusi koi godwale de vich ladai hundi aa ja koi jara panch pound golak de vich len laga hunda you know roti khareedan le ja jo kuch oh viral sari duniya de vich ho gayi aa 5 pound hi sige par aapa inna time kharab karde negatives de utte so edi the solution to this is you know jekoi maari cheez hundi ignore it but yeah I just need to stop you there as well but sometimes we can't ignore the negative things as well we have to sometimes apne log kehnde aa oh maari cheezan na dikhalo sade lokan de sikhande I think it's very important to expose them as well you need to know what's going on in your community I think for example you can't hide these things khanda party is sat on the maari tapya and kade pag apni bandha kade kuch karda just chill it out is it all on it and I said you know the party maybe is working shifts maybe is just making money greeb hoga do we bring the godra do we begin our culture who are we all to blame an economy post spike in the party nu kad de sadi bejti hundi aa ਬਸ ਸੱਚਾਈ ਆ ਪਰ ਸੱਚਾਈ ਆ ਅਵੇਅਰਨੈਸ ਨਹੀਂ ਲਿਆਉਂਗੇ ਤਾਂ ਫਿਰ ਕਿੱਦਾਂ ਅਸੀਂ ਚੇਂਜ ਹੋ ਸਕਦੇ ਹਾਂ ਕਿੱਦਾਂ ਬਦਲ ਸਕਦੇ ਹਾਂ ਵੀ ਸੈਲਫ ਪੁਲੀਸਿੰਗ ਨਾਓ ਸੋ ਸਾਰੇ ਪੁਲੀਸ ਬਣ ਗਏ ਵੀ ਆਲ ਬਿਕਮ ਪੁਲੀਸ ਆਫੀਸਰਸ ਸੋ ਹਾਊ ਡੂ ਵੀ ਓਵਰਕਮ ਬਿਕਾਜ਼ ਇਟਸ ਅ ਪੈਰਾਡਾਕਸ ਨਾ ਮੈਂ ਤਾਂ ਇਹ ਕਹੂੰਗਾ ਕਿ ਮੰਤਵ ਦ ਇੰਟੈਂਸ਼ਨ ਬਿਹਾਈਂਡ ਇਟ ਯਾ ਦੈਟਸ ਵੈਰੀ ਮੋਟਿਵ ਯਾ ਮੋਟਿਵ ਕੀ ਉਹਨਾਂ ਦਾ ਪਿੱਛੇ ਆ ਜਿੱਦਾਂ ਬੌਬੀ ਭਾਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਕਿਹਾ ਲਾਈਕ ਪਰਸਨਲੀ ਨੌਜਵਾਨ ਬੀਂਗ ਅ ਨੌਜਵਾਨ ਜਦੋਂ ਮੈਂ ਕੁਝ ਦੇਖਦਾ ਖਾਸ ਕਰਕੇ ਮੇਰੇ ਭਰਾਵਾਂ ਦੇ ਵਿੱਚ ਕੁਛ ਹੁੰਦਾ ਜਾਂ ਭੈਣਾਂ ਦੇ ਵਿੱਚ ਕੁਛ ਹੁੰਦਾ ਮੈਂ ਜਦੋਂ ਬੌਬੀ ਭਾਜੀ ਨੇ ਕਿਹਾ ਆਈ ਡੋਂਟ ਸ਼ੇਅਰ ਇਟ ਉਹਨੂੰ ਗਾਹ ਨਹੀਂ ਕਰਦਾ ਕਿ ਕਹਿਣ ਦਾ ਭਾਵ ਕਿ ਨਿੰਦਿਆ ਚੁਗਲੀ ਹਾਂਜੀ ਕਿ ਉਹ ਨੈਗੇਟਿਵਿਟੀ ਦੈਟਸ ਰੀਲੀ ਗੁੱਡ ਬਟ ਤੁਹਾਡਾ ਪੁਆਇੰਟ ਵੀ ਬਹੁਤ ਇੰਪੋਰਟੈਂਟ ਸੀਗਾ ਕਿ ਇੰਟੈਂਸ਼ਨ ਕਿ ਹਾਂ ਵੀ ਇੱਕ ਹੁੰਦਾ ਕਿ ਮੈਂ ਦੂਸਰੇ ਚੜ੍ਹਾਈ ਕਰਨੀ ਇੱਕ ਹੁੰਦਾ ਕਿ ਨਹੀਂ ਆਪਾਂ ਨਿਮਰਤਾ ਦੇ ਨਾਲ ਅਵੇਅਰਨੈਸ ਕਰਨੀ ਕਿ ਅਵੇਅਰਨੈਸ ਇਟਸ ਮੋਰ ਅਬਾਊਟ ਕਿ ਉਹ ਹੋਵੇ ਇਟ ਜਸਟ ਸ਼ੁਡਨਟ ਹੈਪਨ ਯਾ ਤੁਸੀਂ ਕਮੈਂਟਰੀ ਦੇਖੀ ਮੈਂ ਕਿਹਾ ਕਿ ਮੈਂ ਕਸੂਰਵਾਰ ਕੌਣ ਆ ਮੈਂ ਆਪਣੇ ਆਪ ਨੂੰ ਕਸੂਰਵਾਰ ਕੌਣ ਹਾਂਜੀ ਕੌਣ ਹੈ ਇੱਕ ਨੂੰ ਨਹੀਂ ਦੋਸਤ ਥਿੰਕ ਅਬਾਊਟ ਦਿਸ ਇੱਕ ਯੋ ਦੋਸਤ ਆ ਵੀ ਜਿਹੜਾ ਅਨਿੰਦਾ ਪਿਆ ਆ ਤਾਬਿਆ ਤੇ ਬੈਠਾ ਆ ਖੰਡ ਪਾਸ ਇਸ ਬੀਨ ਫੋਰਸਡ ਟੂ ਡੂ ਦ ਰੋਲ ਹੀ ਵਾਟਸ ਦ ਰੀਜ਼ਨ ਬਿਹਾਈਂਡ ਦਿਸ ਹੈ ਨਾ ਨਿਉ ਹੀ ਕਿ ਜਿੱਦਾਂ ਹੁਣ ਜੇ ਤੁਸੀਂ ਦੇਖਿਆ ਜਾਵੇ ਕਰੰਟ ਸਿਚੁਏਸ਼ਨ ਆਹੀ ਆ ਕੇ ਬਹੁਤ ਜ਼ਿਆਦਾ
ਔਖਾ ਹੋਇਆ ਪਿਆ ਆ ਕਿ ਗੁਰੂ ਪੰਥ ਨੂੰ ਹੁਣ ਜਿੱਦਾਂ ਨੌਜਵਾਨਾਂ ਨੂੰ ਸੇਵਾ ਕਰਨ ਦੀ ਯਾ ਗੁਰੂ ਪੰਥ ਦੀ ਸੇਵਾ ਕਰਨ ਦੀ ਲੋੜ ਆ ਤੇ ਉਹਨਾਂ ਨੂੰ ਜੋੜਨ ਦੀ ਲੋੜ ਆ ਬਿਲਕੁਲ ਜੀ ਕਾਲ ਤੁਹਾਡੇ ਵਾਂਗੂ ਮੈਂ ਵੀ ਆਪਣੇ ਆਪ ਨੂੰ ਬਲੇਮ ਕਰਦਾ ਨਹੀਂ ਅਸੀਂ ਸਾਰੇ ਦੋਸ਼ੀ ਹਾਂ ਅਸੀਂ ਹੈ ਜੇ ਅਸੀਂ ਵੀ ਬੱਚੇ ਹਾਂ ਅਸੀਂ ਕੋਈ ਵੀ ਨਹੀਂ ਬਚੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਭਾਈ ਸਾਹਿਬ ਸਵਾਗਤ ਨਾ ਦੱਸੋ ਤਾਂ ਕਿੱਥੋਂ ਕਰਦੇ ਕਾਲ I just like to point out, first of all, why Khalsa, why you put it to go home panel? Thank you very much. Main na apne singer de channel te ek video dekhya siga. Haan ji. Someone posted, I don't know what media, social media site they put it on. But a child was crying on a track. Achha. Someone left it there. And this person just stood there recording. Okay. Oh dear. To promote the video, to promote it. He had a chance, opportunity to save that child's life. But yes. He's carrying on recording it. By so sad. In that sense, that's it's a massive sad. Negativity. People are using it for the wrong reasons. Mm. That's a really good point. Yeah, very good point. It's like voyeurism, Bobby, isn't it? It's like voyeurism. That, they're abusing it. Anything that we are crazy, we're abusing in the wrong way. Well, that guy, that person might say that I'm raising awareness, just like I might be highlighting an injustice. That no one cares about this, what's going on. Yeah. What would you say about that? But what I'm going to say is he had the opportunity to save that child's life, but he didn't carry on. Yeah. And you can just imagine what happened next when the train came. Yeah. Yeah. So what you're saying is that, particularly for good sakes, we need to act. To save lives before we advertise what's going on, yeah? That's right, yeah. Action speaks louder than social media. Yeah. That's great. Thank you so much. So, Bobby, you were saying earlier, tell me about the iPhone. Was it yours? Yeah, absolutely. I mean, like, apa gal kiti sigi BlackBerry. Oh, BlackBerry, that's it. Apa 13 saal de sige when we had Ericsson's Nokia mobile phones. Oh, you're going back, yeah. 93 though, not from 93 till 2009, 2010, we've always had phones. Yeah. You know, jadon fir BlackBerry da time aaya, I remember I didn't use it, I couldn't be bothered. I switched my voicemails off because I was like, jek kam karna, I don't want to listen to voicemail messages. Mm. Voicemail messages are always negative. I switched them off. I said, God, look, isn't the call is like, forget it. Exactly. If they can't get to me, if they can't leave a Ring message, it's not my problem. Exactly. Yeah. Jadon unhan ne message chhaddi fir problem pe jandi hai, there's a problem. And my wife, although mainu kehndi hundi si ki tu ta koi parwah hi nahi karda, telephone 10 din ho gaye, itthe pe nu tu chakya hi nahi. And I used to say, I don't want to use a phone. Like, why do I want to connect? I've done 15 saal, 18 saal mein phone barte ya. So you were detoxing? Detoxing, I let go of it. I think that was really good. I was absolutely rarely happy. See men do that. I was very happy. Yeah. But then, Fiona kia, but Bobby, you haven't seen an iPhone. Yeah. iPhone bartala. Now she laughs and jokes. Oh, she introduced? Yeah, she introduced it to me. I would have never imagined that. She said, she goes, iPhone is amazing. She goes, iPhone 4 hours ago, though. And she said, Bobby, you've got to use iPhone 4S. And I was like, oh my God, what is this? This and that is was amazing. Like, now, after bad, we don't need laptops. Sara kosh sada phones out there. So was she happy afterwards? No, she always complains. She goes, you don't pay enough attention. She made a big mistake then. Yeah, exactly. She goes, now, she always makes a joke. She goes, I see you more on Facebook than in real life. She goes, that's true, yeah. She goes, but Facebook that they post the hundi roti khani aja nahi khani. And I always say, look, I'm coming home in 10 minutes. Bobby, I think you're right, and we're all guilty of that. But I've got to be honest, with the kind of iPhones and things, you know, she's in constant contact with me as well, leaving me messages and things like that. Are you not really, that? Not constant, I wouldn't say that. But I'm trying to say, like, when you finish work, you come home, you should connect. But then you've got Skype. And that's important, and he does that. But when you need to... But you've got FaceTime, our grandchildren... Yeah, we do that, and it's really good, There are bonuses as well. So WhatsApp and everything, Personally, mainly bonus, I still feel today is especially the people I meet, I get to see them. Well, you wouldn't be who you are without social media, let's be honest.
ਮਾਰੇ ਦਾ ਸ਼ੁਕਰ ਹੈ ਜੀ ਸੋਸ਼ਲ ਮੀਡੀਆ ਤੇ ਚਲੋ ਇੱਕ ਚੀਜ਼ ਹੈ ਨਾ ਸਰ ਦੀ ਗ੍ਰੇਸ ਤੁਸੀਂ ਐਨਯੂਐਸ ਦੇ ਵਿੱਚ ਜੋ ਤੁਸੀਂ ਕੀਤਾ ਜੋ ਤੁਸੀਂ ਟੈਡ ਟਾਕਸ ਕੀਤੀ ਹੈ ਇਟ ਕਮ ਵਾਇਰਲ ਸੋ ਇਟਸ ਵੈਰੀ ਪਾਵਰਫੁਲ ਇਸ ਮੀ ਸ਼ੁਕਰ ਵਾਈ ਇਟਸ ਯੂਰ ਓਨ ਟੈਲੀਵਿਜ਼ਨ ਚੈਨਲ ਨਹੀਂ ਹਾਂ ਯੂਰ ਓਨ ਟੈਲੀਵਿਜ਼ਨ ਇਸ ਨਾ ਕਿ ਤੁਸੀਂ ਆਪਣਾ ਜਿੱਦਾਂ ਕਹਿੰਦੇ ਵਿਊਜ਼ ਰੱਖ ਸਕਦੇ ਪਰ ਇੰਟਰਸਟਿੰਗ ਲਾ ਕੇ ਇਟ ਹੈਲਪਸ ਮੀ ਟੂ ਕਨੈਕਟ ਵਿਦ ਐਕਟਿਵਿਸਟ ਐਂਡ ਪੀਪਲ ਆਲ ਅਰਾਊਂਡ ਦਾ ਵਰਲਡ ਤੇ ਮੈਨੂੰ ਸਭ ਤੋਂ ਵਧੀਆ ਗੱਲ ਆ ਲੱਗੀ ਕਿ ਹੁਣ ਮੈਨੂੰ ਕੱਲੀ ਆਪਣੀ ਸਟਰਗਲ ਬਾਰੇ ਨਹੀਂ ਪਤਾ ਮੈਨੂੰ ਇਹ ਵੀ ਪਤਾ ਲੱਗਣ ਡਿਆ ਕਿ ਹਾਂਜੀ ਵੈਸਟ ਇੰਡੀਜ਼ ਵਿੱਚ ਕੀ ਹੁੰਦਾ ਪਿਆ ਮੈਨੂੰ ਇਹ ਵੀ ਲਾਈਕ ਗਲੋਬਲ ਸਿਟੀਜ਼ਨ ਦਾ ਨਾ ਹਾਂਜੀ ਜਿੱਦਾਂ ਬਹੁਤ ਇੰਟਰਸਟਿੰਗ ਆ ਫੀਲ ਕਿ ਹਾਂ ਵੀ ਜਿਹੜੇ ਮਾਰਜ ਨੇ ਕਿਹਾ ਸੀਗਾ ਕਿ ਜਿਹੜਾ ਬੰਦਾ ਹੰਕਾਰਿਆ ਹੁੰਦਾ ਕਿ ਉਹ ਕਿੱਦਾਂ ਦੂਸਰੇ ਨੂੰ ਪ੍ਰੈਸ ਕਰਦਾ ਆਈ ਕੈਨ ਸੀ ਦੈਟ ਇਨ ਹੋਲ ਆਫ ਦ ਵਰਲਡ ਇਟਸ ਸੋ ਬਿਊਟੀਫੁਲ ਕਿਉਂਕਿ ਮੇਰਾ ਖਿਆਲ ਜਿਹੜੇ ਵਿਊਅਰ ਜਸਪ੍ਰੀਤ ਦੇ ਹੈਗੇ ਫਿਰ ਤੁਹਾਨੂੰ ਪਤਾ ਹੀ ਹੋਣਾ ਇਹ ਜਦੋਂ ਵੀ ਨਾ ਕੋਈ ਪੋਸਟ ਪਾਉਂਦਾ ਇਹ ਲਵ ਹਾਰਟ ਪਾਉਂਦਾ ਹੁੰਦਾ ਓਹ ਇਟ ਇਜ਼ ਯਾ ਆਈ ਵਾਸ ਸੇਇੰਗ ਦ ਅਦਰ ਡੇ ਯੂ ਪੁੱਟ ਅ ਲਵ ਹਾਰਟ ਸੇਡ ਓਹ ਪਿਆਰ ਬਣਦਾ ਸੋ ਯੂ ਕੈਨ ਤੁਸੀਂ ਇਸ ਚੀਜ਼ ਦਾ ਪਿਆਰ ਵੀ ਬਣ ਸਕਦੇ ਹੋ ਨਹੀਂ ਆਈ ਥਿੰਕ ਵੀ ਸ਼ੁੱਡ ਬੋਬੀ ਆਈ ਡੋਨਟ ਅਬਾਊਟ ਯੂ ਔਰ ਜਸਟ ਦੈਟ ਵੀ ਸ਼ੁੱਡ ਹੈਵ ਅ ਰੂਲ ਦੈਟ ਵੈਨ ਵੀ ਕਮ ਹੋਮ that we put our mobiles in a place that we can connect with each other yeah. and not okay. be on top of each so other, like give people space as well. Yeah. I think that's important. Yeah. So what are the practical tips then? I think every week you should try to cut down on the time. Like every week. Fasting from social media. Because our phone is on the app. What do you call social media? iPhone is on the app. Last week, it was 20% less. So what we should be doing is, we should be detoxing and we should be getting control of our life again. ਆ ਜਿਹੜੀ ਜ਼ਿੰਦਗੀ ਆ ਆ ਸਾਡੇ ਫੋਨ ਦੇ ਨਾਲ ਹੀ ਨਹੀਂ ਸਾਰਾ ਕੁਛ ਹੈਗਾ ਨਾਲੇ ਨਾਲੇ ਜਿਹੜੀ ਆ ਰਿਲੇਸ਼ਨਸ਼ਿਪਸ ਵੀ ਆਪਾਂ ਬਣਾਉਂਦੇ ਆ ਆ ਦੇ ਰੀਅਲ ਆ ਦੇ ਫੇਕ ਯੂ نو ਸੋ ਥੇਰਫੋਰ ਜਿਹੜੀ ਆ ਜ਼ਿੰਦਗੀ ਆ ਵੀ ਇੰਜੋਇੰਗ ਇਟ ਔਰ ਆ ਵੀ ਵੇਸਟਿੰਗ ਇਟ that's the most important thing that's a good point that just because it's you know what makes life is relationships ਹਾਂ ਜੀ ਬਾਣੀ ਚ ਵੀ ਆਉਂਦਾ ਨਹੀਂ ਹਾਂ ਜੀ ਅਸਲ ਵਿੱਚ ਅਸੀਂ ਪੈਦਾ ਤਦੇ ਹੋਏ ਆ ਜਿੰਨ ਪ੍ਰੇਮ ਕੀ ਹੋ we've come here to love ਹਾਂਜੀ that's what human beings born for but on this sometimes on the social media these are false fake relationships aren't they definitely maskeen ji gal kehnde hunde si bahut deep gal mere mann nu bahut lagi kehnde jidde jidde duniya baharo connect hoi jandi hai na udon udon hi andaro connection disconnect ho rahe hai end te ta assi apne aap de naal connect hona hai apne naal hi judna hai te ohi kehna ke je assi apne naal judiye ta phir sare judde hi hai ਕਿ ਇੰਟਰਸਟਿੰਗ ਗੱਲ ਆਹੀ ਹੈ ਕਿ ਹੁਣ ਜਿੱਦਾਂ ਬੋਲ ਭਾਜ ਨੇ ਵੀ ਇੱਕ ਐਗਜ਼ਾਮਪਲ ਦਿੱਤਾ ਮੈਂ ਪਰਸਨਲੀ ਕੀ ਕਰਦਾ ਹਾਂ ਮਹਾਰਾਜ ਸ਼ੁਕਰ ਵਾਹਿਗੁਰੂ ਦਾ ਮਹਾਰਾਜ ਦੀ ਕਿਰਪਾ ਦੇ ਨਾਲ ਕਿ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਨਹੀਂ ਦੇਖਣਾ ਰਾਤ ਨੂੰ 10 ਵਜੇ ਤੋਂ ਬਾਅਦ ਮੈਂ ਨਹੀਂ ਦੇਖਣਾ ਪਰ ਕਦੀ ਕਦੀ ਮੈਂ ਕਰਦਾ ਹਾਂ ਸਰ ਤੁਸੀਂ ਆਪਣਾ ਪੈਟਰਨ ਬਣਾਈ ਰੂਟੀਨ ਬਣਾ ਲਈ ਹੈ ਤੇ ਥੋੜਾ ਥੋੜਾ ਜਿੱਦਾਂ ਮੇਰੀ ਬਣਦੀ ਪਈ ਆ ਮੈਂ ਇਦਾਂ ਤਾਂ ਨਹੀਂ ਕਹਿ ਸਕਦਾ ਮੇਰੀ ਹੈ ਕਿਨ ਗਾਉਜ਼ ਆ ਯਾ ਹਾਂਜੀ ਪਰ ਉਹ ਮੈਂ ਹੌਲੀ ਹੌਲੀ ਜਿੱਦਾਂ ਮੈਜਸ ਲਿਆਉਂਦਾ ਪਿਆ ਆ ਪਰ ਉਹਦੇ ਨਾਲ ਇਦਾਂ ਕਿ ਫਰਕ ਬਹੁਤ ਪੈਂਦਾ ਪਰਿਵਾਰ ਦੇ ਵਿੱਚ ਬਹਿਣਾ ਇੰਟਰਸਟਿੰਗ ਗੱਲ ਕਿ ਸਾਡੇ ਘਰ ਦਾ ਟੀਵੀ ਖਰਾਬ ਹੋ ਗਿਆ ਸੀ ਸਾਰਾ ਪਰਿਵਾਰ ਘੱਟ ਘੱਟ ਇਕੱਠਾ ਤਾਂ ਬਹਿੰਦਾ ਸੀ ਗੱਲਾਂ ਚੱਲਦੀਆਂ ਸਾਰੀਆਂ ਪੁਰਾਣੀਆਂ ਚੀਜ਼ਾਂ ਪਤਾ ਲੱਗਦੀਆਂ ਇਹ ਛੋਟੇ ਛੋਟੇ ਸਟੈਪ ਆ ਰੂਮ ਰੂਮ ਵਿੱਚ ਟੀਵੀ ਆ ਸੋ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਇਸ਼ੂਜ਼ ਹੈਗੇ ਆ ਵੀ ਓਨਲੀ ਸਕ੍ਰੈਚਿੰਗ ਦ ਸਰਫੇਸ ਯਾ ਅਜੇ ਤਾਂ ਨਵਾਂ ਜਨਰੇਸ਼ਨ ਨਿਊ ਰੈਵੋਲੂਸ਼ਨ ਇਜ਼ ਗੋਇੰਗ ਟੂ ਬੀ ਆਰਟੀਫੀਸ਼ੀਅਲ ਇੰਟੈਲੀਜੈਂਸ ਯਾ ਵੇਅਰ ਇਨ ਸਮ ਸੈਂਸਸ ਦ ਇੰਟਰਨੈਟ ਵਿਲ ਬੀ ਕੰਟਰੋਲਿੰਗ ਅਸ whether it's we true. Like it or not at the moment you know we still can switch the phone off but it's called the internet of things I don't know if you've come across this idea where it's in everywhere it's everything it's everything but I'm not looking at it if I'm honest with you I want to be the fridge will order the food exactly everything will be in I know and you know a million different things are going to happen but you know I almost think we don't need to go that far in the future because I want to live in this moment I want to appreciate the moment exactly. so when That's I came important. Into Sikhi when that. I came to spirituality I came into this moment karke apa is moment to dorde ya apa mon nu jande ya vishe nu socha de vich jande ya par kade apa is moment is scant de vich aha moment enjoy bhi kiti and if we are going to enjoy are these faltu chija not going to give us the Nothing. Real stuff so jodo main nyane nu chakda hunda and I turn around and I say I love you so much I look at them and I think you know what I know jinna me dena chahida unna me thonu apna time dinda ni but jera me thonu meant extent dinda I just That's want precious. You to know that I really care for you and ahi me time apni family nu dinda my loved ones so is cheez karke I paisa I know je apa cheez ja dekhiye if we look at Amazon or if we look at these amazing things that they're creating
ਉਹ ਤਾਂ ਜਿਵੇਂ ਜਿੰਦਾ ਬੰਦਾ ਪਾਗਲ ਹੋ ਸਕਦਾ ਕਹਿ ਸਕਦਾ ਯਾਰ ਆਪਾਂ ਤਾਂ ਇੰਨੇ ਬਿਹਾਈਂਡ ਹੋ ਗਏ ਪਰ ਐਕਚੁਅਲੀ ਵਾਟ ਯੂ ਲੁੱਕ ਆ ਆਪਾਂ ਆਪਣੇ ਗੁਰੂ ਸਾਹਿਬ ਦੇ ਨਾਲ ਕਿੰਨੇ ਐਡਵਾਂਸ ਹੋਏ ਆ ਯੂ ਨੋ ਜੇ ਗੁਰੂ ਨੂੰ ਆਪਾਂ ਨਾਲ ਰੱਖੀਏ ਵੇ ਦ ਮੋਸਟ ਐਡਵਾਂਸ ਜਸਪ੍ਰੀਤ ਸਾਡੇ ਕੋਲ 4 ਮਿੰਟ ਰਹਿ ਗਏ ਔਰ ਇੱਕ ਹੋਰ ਮੈਂ ਪਿੱਛੇ ਮੈਂ ਜਾਪਾਨ ਕਿਉਂਕਿ ਜਾਪਾਨ ਦੇ ਵਿੱਚ ਬਹੁਤ ਐਲਡਰਲੀ ਪਾਪੂਲੇਸ਼ਨ ਹੈ ਹਾਂਜੀ ਯਾ ਪਰ ਉੱਥੇ ਦੇ ਡਿਵੈਲਪਿੰਗ ਰੋਬੋਟਸ ਐਕਚੁਅਲੀ ਇੰਟੈਲੀਜੈਂਸ ਹਾਂਜੀ ਜਿਹੜੇ ਕਿ ਉਹ ਐਲਡਰਸ ਦੇ ਨਾਲ ਦੇ ਕੈਨ ਇੰਟਰੈਕਟ ਵਿਦ ਦਮ ਦੇ ਕੈਨ ਡੂ ਬੇਸਿਕ ਟਾਸਕ ਯਾ ਲੋਕ ਕਹਿੰਦੇ ਆ ਵਿਦਿਨ ਦ ਨੈਕਸਟ 20 ਇਅਰਸ ਦੇ ਮੇ ਵਿਲ ਹੈਵ ਰੋਬੋਟਸ ਦੈ ਦੇ ਵੋਂਟ ਫੀਲ ਲੋਨਲੀ ਬੀ ਕੇਅਰਸ ਯਾ ਹਾਂਜੀ Do you think you'd like that when you're old? Nahi. What if you've got no one around but, you? As opposed to isolation. As a family. Oh, sorry, kinne bujur gaya hona kaal channel. Yeah, they're on their own sometimes. Aur eh hai ta television par eh bhi chalda social media se karke piche jinniyan khabran mildiyan jehda items are it's because of the internet that we can actually instantly bring you all these. Yeah. So elderly people are benefiting immensely aren't they from they social are. media? Haan ji par ek gal jithe main kehna chahunga ke social media jehdi languages vi aa ਜਾਂ ਵੈਬ ਦੀ ਲੈਂਗੁਏਜ ਜਿੱਦਾਂ ਇੰਗਲਿਸ਼ ਉਹ ਕਦੀ ਕਦੀ ਜਿੱਦਾਂ ਥੋੜ੍ਹਾ ਕਿ ਬੰਦੇ ਨੂੰ ਅਨੇਬਲ ਨਹੀਂ ਕਰਦੀਆਂ ਕਿ ਕਹਿਣ ਦਾ ਭਾਵ ਜੇ ਪੰਜਾਬੀ ਦੇ ਵਿੱਚ ਹੋਵੇ ਹੁਣ ਮੈਂ ਦੇਖਦਾ ਜਿਹੜੀ ਗੋਰੀਆਂ ਆ ਇਹ ਮੁਲਕ ਦੇ ਵਿੱਚ ਉਹਨੂੰ ਤਾਂ ਸਾਰਾ ਪਤਾ ਸੋਸ਼ਲ ਮੀਡੀਆ 'ਤੇ ਕੀ ਕਰਨਾ ਪਰ ਆਪਣੇ ਬਜ਼ੁਰਗਾਂ ਲਈ ਥੋੜ੍ਹਾ ਔਖਾ ਹੋ ਜਾਂਦਾ ਪਰ ਵਧੀਆ ਗੱਲ ਆ ਆ ਕਿ ਘੱਟੋ ਘੱਟ ਜਿੱਦਾਂ ਮੈਸੇਜ ਪਹੁੰਚਦਾ ਆ ਜਦੋਂ ਪਰਿਵਾਰ 'ਚ ਬੈਠੀਏ ਅਸੀਂ ਇਕੱਠੇ ਜਦੋਂ ਫਿਲਮ ਦੇਖਦੇ ਹਾਂ ਕੋਈ ਜਿੱਦਾਂ ਸਿੱਖੀ ਦਾ ਰਿਲੇਟਡ ਤਾਂ ਉਹਦੇ ਨਾਲ ਬਹੁਤ ਫਰਕ ਪੈਂਦਾ ਕਿਉਂਕਿ ਇਨਫੋਰਮੇਸ਼ਨ ਬਹੁਤ ਛੇਤੀ ਤਰ੍ਹਾਂ ਜਿੱਦਾਂ ਪਹੁੰਚ ਜਾਂਦੀ ਹੈ ਪਰ ਇਹ ਵੀ ਬਹੁਤ ਇੰਪੋਰਟੈਂਟ ਕਿਉਂਕਿ ਕਾਲ ਨੇ ਵੀ ਗੱਲ ਕੀਤੀ ਸੀ ਵੀ ਆਰਐਸਐਸ ਦਾ ਬਹੁਤ ਪ੍ਰੋਪਗੰਡਾ ਹੋਰ ਵੀ ਕਰ ਸਕਦੇ ਤੁਸੀਂ ਫੇਕ ਨਿਊਜ਼ ਮਿਸਿੰਗ ਪਰ ਇਹਦਾ ਹਾਲਤ ਇਹ ਹੀ ਆ ਵੀ ਤੁਸੀਂ ਆਪਣੀ ਬ੍ਰੇਨ ਨੂੰ ਸ਼ਾਰਪ ਕਰੋ ਨਾ ਤਾਂ ਮੇਰੀ ਗੱਲ ਨੂੰ ਮੰਨੋ ਨਾ ਬੋਬੀ ਦੀ ਗੱਲ ਨੂੰ ਮੰਨੋ ਨਾ ਜਸ ਪਿਆਰ ਕਰੋ ਸਾਡੇ ਨਾਲ ਪਰ ਸਾਡੀ ਗੱਲ ਨਾ ਮੰਨੋ ਤੁਸੀਂ ਗੁਰੂ ਦੀ ਗੱਲ ਮੰਨੋ ਗੁਰੂ ਦੀ ਗੱਲ ਮੰਨ ਕੇ ਤਾਂ ਜੋ ਮੈਂ ਜੇ ਮੈਂ ਕਹਿੰਦਾ ਵੀ ਏਦਾਂ ਸਿੱਖੀ ਗੁਰਨਾਮ ਸਿੰਘ ਧੰਨਵਾਦ ਮੈਂ ਗੁਰੂ ਨੂੰ ਕੰਸਲਟ ਕਰ ਦਵਾਂ ਜੇ ਗੁਰੂ ਕਹਿ ਰਿਹਾ ਤਾਂ ਮੈਂ ਤੈਨੂੰ ਬਹੁਤ ਧੰਨਵਾਦ ਕਰੂੰਗਾ ਜੇ ਗੁਰੂ ਕਹਿ ਰਿਹਾ ਇਹ ਤਾਂ ਮੈਂ ਤੈਨੂੰ ਵੀ ਮੈਂ ਕਹੂੰਗਾ ਵੀ ਇਹ ਦਿਸ ਇਜ਼ ਵੇਅਰ ਵੀ ਸ਼ੁੱਡ ਬੀ ਵੀ ਗੋਟ ਟੂ ਬੀ ਸ਼ਾਰਪ ਦੈਟਸ ਦਾ ਸਰਵਾਈਵਲ ਇਨ ਨੋਲੇਜ ਏਜ ਯੂ ਹੈਵ ਟੂ ਬੀ ਸਾਵੀ ਅਬਾਊਟ ਨੋਲੇਜ 100% ਇਟਸ ਸਟ੍ਰੇਂਜ ਆਪਾਂ ਟੋਪਿਕ ਦੇ ਉੱਤੇ ਦ ਟੋਪਿਕ ਦੈਟ ਵੀ ਰਨ ਰਾਈਟ ਨਾਓ ਕਈ ਵਾਰੀ ਮੈਂ ਸੋਚਦਾ ਹੁੰਦਾ ਜਿੰਨਾ ਐਡਵਾਂਸ ਸਾਨੂੰ ਹੋਣਾ ਚਾਹੀਦਾ ਐਜ਼ ਅ ਬਿਜ਼ਨਸ ਆਪਾਂ ਹੋਰ ਹੋ ਸਕਦੇ ਆ But then I always think to myself, kade bande ne kade sabr vi kita? Is somebody ever satisfied? Yeah. Like, apa chonde ta sara kosha, par sad kol itthe time kinna? And also it's scary, like, nami to nami cheej aayi jaandi hai. Nikal di rendi hai. Par sannu ka to nami to nami cheej interest kare. Really. Apa ta ek di... Pukhya pukhna utari. Haan. Pukhta utarni nahi hagi, jida kende. Latest iPhone aa gaya. ਜਿਹੜਾ ਪਿਛਲੇ ਸਾਲ ਤੁਹਾਨੂੰ ਹੁਣ ਭੈੜਾ ਲੱਗਣ ਲੱਗ ਪਿਆ ਉਹ ਚੰਗਾ ਨਹੀਂ ਲੱਗਦਾ ਤੁਸੀਂ ਛਾਲਾ ਮਾਰਦੇ ਸੀ ਮੇਰੇ ਜਾਂ ਉਹਦੀ ਬੈਟਰੀ ਘਟਾਤੀ ਐਪਲ ਨੇ ਸੀ ਆਈ ਡੋਂਟ ਮੈਂ ਨਹੀਂ ਮਾਈਂਡ ਕਰਦੀ ਜਿਹੜੇ ਮੇਰਾ ਲੜਕਾ ਉਹ ਕਹਿੰਦਾ ਮਮ ਇਹ ਆਫਾ ਆ ਨਹੀਂ ਤੈਨੂੰ ਮੈਂ ਹੋਰ ਨਾਲ ਲੈ ਕੇ ਦੇਣਾ ਜਾ ਇਹ ਕਹੂਗੇ ਮੈਂ ਕਿ ਨਹੀਂ ਮੈਨੂੰ ਠੀਕ ਹੈ ਆਮ ਬਹੁਤ ਹੈ ਰਿਫਲੈਕਸ਼ਨ ਮਾਈ ਆਈਫੋਨ ਮੈਂ ਕਿ ਆਮ ਬਹੁਤ ਹੈ ਕਿ ਸਮ ਨਾ ਬੈਟ ਆਈ ਡੋਂਟ ਚੇਸ ਥਿੰਗਸ ਦੇਰ ਇਸ ਨੋ ਨੀਡ ਟੂ ਯਾ ਦੇਰ ਇਸ ਨੋ ਨੀਡ ਟੂ ਯੂ ਨੋ ਵੀ ਚੇਸਿੰਗ Yeah. Bobby, chasing hundreds. Last, but we've got a minute left. Last bullet point to the audience. Bullet point to the audience is, look, tusi apne guru de naal judo, a sara kosh is rubbish. Banotiya. Banotiya. It is banotiya. Sanu inne opinion chahide nahi. Sanu chahide nahi. Bhai sab, I came off lots of WhatsApp groups. Main sare shad dite. Okay, detox. Mainu bande. Try detox. Manche, we're running out of time. Any last... ਮੈਂ ਧੰਨਵਾਦ ਕਰਨਾ ਚਾਹੁੰਦੀ ਮੇਰੇ ਦੋਨੇ ਭਰਾਵਾਂ ਦਾ ਐਂਡ ਇਟਸ ਰੀਅਲੀ ਗੁੱਡ ਦ ਜਿਹੜੀ ਤੁਸੀਂ ਗੱਲਾਂ ਕੀਤੀਆਂ ਸਾਨੂੰ ਸੋਚਣਾ ਪੈਣਾ ਪਰਿਵਾਰਾਂ 'ਚ ਬੈਠੇ ਹੋਣੇ ਮੈਂ ਮੰਨਦੀ ਹਾਂ ਜਿਹੜੇ ਸਾਡੇ ਵਿਊਰ ਸੁਣਦੇ ਹੋਣੇ ਸੋ ਵੀ ਗੇਨਡ ਅ ਲੋਟ ਬਹੁਤ ਕੁਝ ਸਿੱਖਿਆ ਔਰ ਵਿਊਰਾਂ ਨੇ ਇਹ ਨਹੀਂ ਸੋਚਣਾ ਚਾਹੁੰਦਾ ਵੀ ਅਸੀਂ ਤੁਹਾਨੂੰ ਮੱਤਾਂ ਦੇ ਰਹੇ ਹਾਂ ਅਸੀਂ ਨਹੀਂ ਨਹੀਂ ਅਸੀਂ ਵੀ ਵਿੱਚੇ ਹੀ ਆ ਦੇ ਵਿੱਚੋਂ ਅਸੀਂ ਵੀ ਡੋਕਟਰ ਅਸੀਂ ਵੀ ਆਪਣੀਆਂ ਗੱਲਾਂ ਕਰਦੇ ਅਸੀਂ ਅਸੀਂ ਵੀ ਹਾਂ ਬਹੁਤ ਸਾਰਾ ਜੇ ਇੱਕ ਦੂਜੀ ਦੀ ਬਾਹ ਫੜ ਲਈਏ ਆਪਾਂ ਸਾਥ ਲਈ ਗਏ ਇੱਕ ਦੂਜੇ ਨੂੰ ਜਾ ਸਕਦੇ ਹਾਂ ਸੋ ਇਹੀ ਗੱਲ ਹੈ ਕਿ ਪਿਆਰ ਕਰੋ ਜਿਹਨੇ ਪ੍ਰੇਮ ਕੀ ਹੋਤੀ ਨਹੀਂ ਕਰ ਪਾਇਓ ਪਿਆਰ ਵੰਡੋ ਤਾਂ ਪਿਆਰ ਕਰੋ ਹੋਰ ਬਨੋਟੀ ਆ ਫਤਿਹ ਬੁਲਾਓ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ